दोहरा दिवस ब्याह को आए गो त्यारी सकल कराए। सात संगत जी 23 हाट का दिन ब्याह दे लई नियत होया सी। ओ 23 हाट का दिन नेड़े आ गया, सारिया तैयारियां मुकम्मल हो गई। साजी सकल बरात तब दे पोशिश सिरो पाए। सारी बरात गुरु साहब जी की सज गई, सारियां नूं सरोपे पुशाके दिते गए, वधिया वधिया सोहने सोहने कपड़े पहन के सोहनिया दस्तारा सजा के बराती इस बरात विच शामिल होए हन। पातड़ी छंद श्री गुजरी आनंद सार। माता गुजरी जी बहुत ज्यादा खुश हैं, अपने पुत्र दे व्याह दी खुशी दा चाह चढ़िया होया है माता जी नू। सतगुरु पुत्र को ढिग हकार। माता गुजरी ने खुशी विच अपने पुत्र गुरु गोबिंद सिंह साहब जी कलगीधर जी नू अपने कोल सद्या है। चंदन सुचार चौंकी डसाए। महाराज नू चंदन दी चौंकी ते बिठाया है, बड़ी सोहनी सुंदर चौंकी चार कोनिया वाली चंदन दी लकड़ी दी बनी हुई महंगी चौंकी ओदे उत्ते सतगुरु महाराज जी नू विराजमान करवाया है। विच अजर महद दीने बिठाए और खुले वेड़े दे विच अजकल उत्ते गुरुद्वारा गुरु का महल है, गुरुद्वारा सीसगंज साहब आनंदपुर साहब दे लागे ही है। साध संगत जी जदों भी कदी आनंदपुर साहब जाओ दो चार दिन उत्ते जरूर रहा करो, असी जाते हाँ जरूर हाँ। एक दिन मत्था टेकिया तख्त साहब ते ते वापस आ गए, इदा इतिहास का पता नहीं लगता। उत्थे रह के सारे गुरुद्वारियां च घंटा दो घंटे बैठो, उत्थों दा इतिहास पढ़ो, उत्थे वाहिगुरु का सिमरन करो, बाणी पढ़ो, फिर पता लगता भी सतगुरां दी किन्नी क छोह इन्हां धरतियां नूं प्राप्त होई है। गुरुद्वारा गुरु का महल भौरा साहब जिथे गुरु तेग बहादुर साहब जी बह के जप करया करते सन, ये महल नौवें पातशाह ने बनवाए सन। इन्हां महलों में श्री गुरु गोबिंद सिंह साहब जी सारी उम्र रहे हैं। उस महलों के वेड़े में ही साध संगत जी वह अस्थान भी है जिथे कश्मीरी पंडित फरियाद लैके आए सन, वह अस्थान भी है जिथे साहबजादियों का जन्म होया सी। तीन साहबजादे आनंदपुर साहब पैदा होए, बाबा जुझार सिंह जी, बाबा जोरावर सिंह जी, बाबा फतेह सिंह जी। वड्डे साहबजादियों का जन्म पौंटा साहब होया है बाबा अजीत सिंह जी का। सो साध संगत जी वो अस्थान भी है जिथे मसंदा नू महाराज ने सौदा लाया सी, वो मसंदा वाला खूह करके जगह बनी हुई है। इस तरह ये गुरु के महल दे विच वेड़ा है, वेड़े दे विच सोहनी चौंकी डाई गई है। ਬਰਨਾਰ ਸੁਹਾਗਣ ਗੀਤ ਗਾਏ। ਸੁਹਾਗਣਾਂ ਖੁਸ਼ੀ ਦੇ ਗੀਤ ਗਾ ਰਹੀਆਂ ਨੇ। ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੇ ਮਨ ਪਾਵੇ। ਗੁਰਬਾਣੀ ਵਿੱਚ ਜਿਹੜੇ ਖੁਸ਼ੀ ਦੇ ਸ਼ਬਦ ਹਨ, ਗੁਮਕਿਓ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ, ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਇਦਾਂ ਦੇ ਖੁਸ਼ੀ ਦੇ ਸ਼ਬਦ ਬੀਬੀਆਂ ਪੜ੍ਹਦੀਆਂ ਹਨ। ਚੌਂ ਦਿਸ਼ਿਆਂ ਆਨ ਪਰਵਾਰ ਪਾਏ। ਸਾਰੇ ਪਾਸੇ ਗੁਰੂ ਸਾਹਿਬ ਜੀ ਨੂੰ ਚੌਂਕੀ ਤੇ ਬਿਠਾ ਕੇ ਸੁਹਾਗਣਾ ਨੇ ਘੇਰਾ ਕਰ ਲਿਆ ਹੈ, ਗੀਤ ਗਾਉਂਦੀਆਂ ਹਨ। ਮਰਦਨ ਕਰੰਤ ਵਟਣਾ ਸਰੀਰ ਤੇ ਗੁਰੂ ਸਾਹਿਬ ਦੇ ਸਰੀਰ ਤੇ ਵਟਣਾ ਮਲਦੀਆਂ ਨੇ। ਇਹ ਪੰਜਾਬ ਦੀਆਂ ਜਿਹੜੀਆਂ ਰੀਤੀ ਰਿਵਾਜ ਸਨ, ਸਾਡਾ ਕਲਚਰ ਸੀਗਾ। ਅੱਜ ਕੱਲ੍ਹ ਅਸੀਂ ਹਰ ਇੱਕ ਚੀਜ਼ ਨੂੰ ਧਰਮ ਦੀ ਨਿਗਾਹ ਤੋਂ ਦੇਖਣ ਲੱਗ ਪਏ ਹਾਂ ਕਿ ਕੁਝ ਚੀਜ਼ਾਂ ਹਨ ਜਿਹੜੀਆਂ ਧਾਰਮਿਕ ਦ੍ਰਿਸ਼ਟੀਕੋਣ ਤੋਂ ਮਹੱਤਵ ਰੱਖਦੀਆਂ ਨੇ, ਕੁਝ ਚੀਜ਼ਾਂ ਨੇ ਜਿਹੜੀਆਂ ਸਮਾਜਿਕ ਸਰੋਕਾਰ ਰੱਖਦੀਆਂ ਨੇ, ਰੀਤੀ ਰਿਵਾਜ਼ ਹੁੰਦੇ ਨੇ। ਉਹਦੇ ਵਿੱਚ ਨੌਜਵਾਨ ਬੱਚੇ ਨੂੰ ਜਿਹਦਾ ਵਿਆਹ ਹੋਵੇ, ਵਿਆਹ ਤੋਂ ਇੱਕ ਦਿਨ ਪਹਿਲਾਂ ਵਟਣਾ ਮਲਿਆ ਜਾਂਦਾ। ਕਈ ਜਗ੍ਹਾ 'ਤੇ ਦੋ ਦਿਨ ਮਾਈਆਂ, ਇੱਕ ਦਿਨ ਮਾਈਆਂ ਪਾਉਂਦੇ ਨੇ, ਉਹ ਬੀਬੀਆਂ ਹੀ ਸਿਰਫ ਵਟਣਾ ਮਲਦੀਆਂ ਨੇ, ਇੱਕ ਦਿਨ ਫਿਰ ਨੌਜਵਾਨ ਉਹਦੇ ਸਾਥੀ ਦੋਸਤ ਮਿੱਤਰ ਕਰਦੇ ਨੇ, ਇੱਦਾਂ ਵੀ ਹੁੰਦਾ। ਸੋ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਦੇ ਸਰੀਰ 'ਤੇ ਵਟਣਾ ਮਲਣਾ
ਸ਼ੁਰੂ ਹੋਇਆ ਹੈ। ਜਿਸ ਮੈਂ ਸੁਗੰਧ ਮਹਿਕਤ ਗਹੀਰ, ਬੜੀ ਸੁਗੰਧੀ ਵਾਲੀਆਂ ਚੀਜ਼ਾਂ ਵਿੱਚ ਪਾਈਆਂ ਹੋਈਆਂ, ਕੇਸਰ ਪਾਇਆ ਹੋਇਆ, ਚੰਦਨ ਪਾਇਆ ਹੋਇਆ, ਉਹਦੇ ਵਿੱਚ ਹਲਦੀ ਪਾਈ ਹੋਈ ਹੈ, ਉਹਦੇ ਵਿੱਚ ਬੜੇ ਸੋਹਣੇ ਫੁਲੇਲ ਪਾਏ ਹੋਏ ਨੇ। ਸਭ ਅੰਗ ਰੁਚਿਰ ਮਰ ਦਇਓ ਬਨਾ, ਬੜੇ ਸੋਹਣੇ ਸੋਹਣੇ ਅੰਗ ਨੇ ਕਲਗੀਆਂ ਵਾਲੇ ਪਾਤਸ਼ਾਹ ਦਾ, ਬੜਾ ਹੀ ਸੁੰਦਰ ਸਰੀਰ ਹੈ ਤੇ ਉਹਨਾਂ ਸੋਹਣੇ ਅੰਗਾਂ ਦੇ ਉੱਤੇ ਵਟਣਾ ਮਲਿਆ ਜਾ ਰਿਹਾ ਹੈ। ਕੁਝ ਡੰਡ ਗਏ ਗਜ ਸੁੰਡ ਗਪਾ, ਮਹਾਰਾਜ ਦਸਵੇਂ ਪਾਤਸ਼ਾਹ ਦੇ ਡੋਲੇ ਬੜੀ ਕਸਰਤ ਕਰਕੇ ਕਮਾਏ ਹੋਏ ਨੇ। ਇੰਜ ਲੱਗਦਾ ਜਿਵੇਂ ਹਾਥੀ ਦੀਆਂ ਸੁੰਡਾਂ ਹੋਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਆਂ ਬਾਹਾਂ, ਉਹਨਾਂ ਦੇ ਬਾਜੂ ਕੈਸੇ ਨੇ? ਕਹਿੰਦੇ ਜਿਵੇਂ ਹਾਥੀ ਦੀ ਸੁੰਡ 'ਚ ਬਲ ਹੁੰਦਾ ਹੈ ਨਾ, ਇੰਨਾ ਗੁਰੂ ਕਲਗੀਧਰ ਦੇ ਡੋਲਿਆਂ ਵਿੱਚ ਬਲ ਹੈ। ਸੁਣ ਲਿਆਏ ਨੀਰ ਨੀ ਕੇਸ਼ਨਾ, ਚੰਗੀ ਤਰ੍ਹਾਂ ਰੀਝਾਂ ਦੇ ਨਾਲ ਵਟਣਾ ਮਲਿਆ ਗਿਆ ਹੈ ਤੇ ਫਿਰ ਬੜਾ ਸੋਹਣਾ ਜਲ ਖੂਹ ਵਿੱਚੋਂ ਲਿਆ ਲਿਆ ਕੇ ਉਹਦੇ ਨਾਲ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਇਆ ਹੈ। ਮੁਖ ਚੰਦ ਪਖਾਰਿਓ ਰੁਚਿਰ ਠਾਨ, ਚੰਦਰਮਾ ਵਰਗਾ ਸੋਹਣਾ ਮੁਖੜਾ ਉਹ ਬੜੇ ਸੋਹਣੇ ਜਲ ਨਾਲ ਕਲਗੀਧਰ ਜੀ ਨੇ ਧੋਇਆ ਹੈ, ਫਿਰ ਸਰੀਰ ਤੇ ਜਲ ਪਾਇਆ ਹੈ, ਇਸ਼ਨਾਨ ਕੀਤਾ ਹੈ ਵਟਣਾ ਮਲ ਕੇ। ਪਟ ਪੀਤ ਪਹਿਰ ਕਰ ਸਕਲ ਅੰਗ, ਉਸ ਜ਼ਮਾਨੇ ਵਿੱਚ ਗੱਭਰੂ ਨੌਜਵਾਨ ਵਿਆਹ ਤੋਂ ਪਹਿਲਾਂ ਵਟਣਾ ਮਲ ਕੇ ਪੀਲੇ ਰੰਗ ਦੇ ਕੱਪੜੇ ਪਹਿਨਿਆ ਕਰਦੇ ਸਨ। ਅੱਜ ਮਹਾਰਾਜ ਨੇ ਪੀਲੇ ਰੰਗ ਦੇ ਵਸਤਰ ਪਹਿਨੇ ਹਨ। ਕਰ ਬੰਧ ਕੰਗਣਾ ਸਗਨ ਸੰਗ, ਤੇ ਫਿਰ ਕੰਗਣਾ ਬੰਨਿਆ ਗਿਆ ਹੈ ਜੋ ਸਗਨਾਂ ਦੀ ਨਿਸ਼ਾਨੀ ਹੈ। ਸ਼ੁਭ ਵਸਤਰ ਵਿਭੂਖਣ ਚਾਰ ਡਾ, ਫਿਰ ਸੋਹਣੇ ਵਸਤਰ ਤੇ ਗਹਿਣੇ ਸਤਿਗੁਰੂ ਜੀ ਨੇ ਸਜਾਏ ਹਨ। ਸਿਰ ਪੇਚ ਸੀਸ ਪਰ ਦੁੱਤ ਉਦਾਰ, ਔਰ ਸਿਰ ਤੇ ਚੀਰੇ ਵਾਲੀ ਸੁੰਦਰ ਦਸਤਾਰ ਸਜਾਈ ਹੈ ਜਿਹਦੀ ਬਹੁਤ ਜ਼ਿਆਦਾ ਆਭਾ ਹੈ, ਸੋਭਾ ਹੈ। ਇਸ ਉੱਪਰ ਜਿਗਾ ਬਹੁਤ ਚਮਕਵੰਤ, ਤੇ ਦਸਤਾਰ ਦੇ ਉੱਤੇ ਫਿਰ ਪਾਤਸ਼ਾਹ ਨੇ ਜਿਗਾ ਸਜਾਈ ਹੈ ਜਿਹਦੀ ਦੂਰ ਤੱਕ ਚਮਕ ਪੈਂਦੀ ਹੈ, ਜਿਹਦੀਆਂ ਹੀਰੇ ਮੋਤੀਆਂ ਦੀਆਂ ਰਿਸ਼ਮਾਂ ਦੂਰ ਤੱਕ ਪੈਂਦੀਆਂ ਹਨ। ਮੁਕਤਾ ਸੋ ਗੋਲ ਹੀਰਨ ਜਰੰਤ, ਗੋਲ ਗੋਲ ਮੋਤੀ ਤੇ ਹੀਰੇ ਵਿੱਚ ਜੜੇ ਹੋਏ ਨੇ। ਸਭ ਜੇ ਬਿਲੰਦ ਸਭ ਜੇ ਸੁਹਾ, ਸਭ ਜੇ ਇੱਕ ਸਾਧ ਸੰਗਤ ਜੀ ਹਰੇ ਰੰਗ ਦਾ ਰਤਨ ਹੁੰਦਾ, ਉਹਨੂੰ ਸਬਜਾ ਕਹਿੰਦੇ ਨੇ। ਨੌ ਰਤਨ ਹੁੰਦੇ ਨੇ, ਹੀਰਾ ਮੋਤੀ ਪੰਨਾ ਨੀਲਮ, ਨੀਲੇ ਰੰਗ ਦਾ ਨੀਲਮ ਹੁੰਦਾ, ਹਰੇ ਰੰਗ ਦਾ ਸਬਜਾ ਹੁੰਦਾ। ਸੋ ਸਬਜੇ ਕਵੀ ਜੀ ਭਾਈ ਸੰਤੋਖ ਸਿੰਘ ਜੀ ਬਹੁਤ ਸੋਹਣੇ ਅਲੰਕਾਰ, ਸ਼ਬਦਾ ਅਲੰਕਾਰ ਇੱਥੇ ਵਰਤ ਰਹੇ ਨੇ, ਅਨੁਪ੍ਰਾਸ ਵਰਤ ਰਹੇ ਨੇ। ਕਹਿੰਦੇ ਸਬਜੇ ਬਿਲੰਦ ਸਭ ਜੇ ਸੁਹਾਏ, ਸਬਜੇ ਉਹ ਹੀਰੇ ਉਹ ਮੋਤੀ ਉਹ ਰਤਨ ਤੇ ਉਹ ਸਬਜੇ ਜਿਹੜੇ ਸਾਰੇ ਹੀ ਸੋਭਾ ਪਾਉਂਦੇ ਹਨ। ਲਰਕੰਤ ਪੰਕਤੀ ਦੁੱਤ ਬਣਾ, ਕਹਿੰਦੇ ਉਹਨਾਂ ਦੀਆਂ ਪੰਕਤੀਆਂ ਜਗ੍ਹਾ ਦੇ ਵਿੱਚ ਕਿਤੇ ਹੀਰੇ ਨੇ, ਕਿਤੇ ਪੰਨੇ ਨੇ, ਕਿਤੇ ਸਬਜੇ ਨੇ, ਸ੍ਰੀ ਦਸਵੇਂ ਪਾਤਸ਼ਾਹ ਦੇ ਦੁਆਲੇ ਤੇ ਸੋਭਾ ਪਾ ਰਹੇ ਨੇ, ਵਿੱਚੋਂ ਹੀਰੇ ਲਟਕਦੇ ਸੋਭਾ ਪਾਉਂਦੇ ਨੇ। ਕਲਗੀ ਉਤੰਗ ਜਿਸ ਜਗਤ ਜੋਤ, ਉੱਚੀ ਕਲਗੀ ਸੀਸ ਤੇ ਲਾਈ ਹੈ ਕਲਗੀਆਂ ਵਾਲੇ ਨੇ, ਜਿਹਦੀ ਜੋਤ ਜਾਗਦੀ ਹੈ ਪ੍ਰਕਾਸ਼ ਕਰਦੀ ਹੈ। ਮੁਕਤਾਨ ਗੁੱਛ ਹੀਰਨ ਉਦੋਤ, ਮੋਤੀਆਂ ਦੇ ਗੁੱਛੇ ਹੀਰਿਆਂ ਦੇ ਗੁੱਛੇ ਲਿਸ਼ਕਦੇ ਨੇ। ਮੁਖ ਮੰਡਲ ਚੰਦ ਮਨਿੰਦ ਚਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦਾ ਮੁਖ ਮੰਡਲ ਇੰਜ ਲੱਗਦਾ ਜਿਵੇਂ ਸੋਹਣਾ ਚੰਦ ਚੜਿਆ ਹੋ, ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਰੋਸ਼ਨੀ ਸਾਰੇ ਪਾਸੇ ਪ੍ਰਕਾਸ਼ ਕਰ ਰਹੀ ਹੋਵੇ। ਵਿੱਚ ਸੁਧਾ ਬਾਕ ਮਾਧੁਰ ਅਪਾਰ, ਜਿਵੇਂ ਚੰਦਰਮਾ ਵਿੱਚੋਂ ਅੰਮ੍ਰਿਤ ਚੋਂਦਾ ਹੈ ਸਾਧ ਸੰਗਤ ਜੀ। ਅੰਮ੍ਰਿਤ ਸਰਬਦਾ ਹੈ, ਜਦੋਂ ਰਾਤ ਪੂਰਨਮਾਸ਼ੀ ਦੀ ਹੁੰਦੀ ਹੈ ਤੇ ਚੰਦਰਮਾ ਵਿੱਚੋਂ ਅੰਮ੍ਰਿਤ ਚੋਂਦਾ ਹੈ। ਇਹ ਗੱਲ ਆਮ ਲੋਕਾਂ ਦੀ ਅੱਜ ਕੱਲ੍ਹ ਵਾਲਿਆਂ ਦੀ ਪੜ੍ਹਾਈ 'ਚ ਨਹੀਂ ਆਉਂਦੀ, ਪਰ ਸਾਡੇ ਸਾਰੇ ਪੁਰਾਤਨ ਗ੍ਰੰਥਾਂ ਵਿੱਚ ਅਤੇ ਬਜ਼ੁਰਗਾਂ ਦੇ ਅਨੁਭਵ ਦੇ ਵਿੱਚ ਇਹ ਗੱਲ ਆਈ ਹੈ। ਅੰਮ੍ਰਿਤ ਚੰਦਰਮਾ 'ਚੋਂ ਹੀ ਚੋਂਦਾ ਹੈ। ਅੰਮ੍ਰਿਤ ਕੀ ਹੈ? ਰਸ, ਮਿਠਾਸ। ਆਹ ਜਿਹੜੀ ਸ਼ਹਿਦ ਅਸੀਂ ਖਾਂਦੇ ਹਾਂ ਨਾ, ਹਨੀ ਮਾਖਿਓ, ਇਹ ਪੂਰਨਮਾਸ਼ੀ ਦੀ ਰਾਤ ਤੋਂ ਬਾਅਦ ਤੋੜੀਏ ਤਾਂ ਮਿੱਠਾ ਨਿਕਲੇਗਾ, ਕੁਝ ਰਸ ਭਰੇਗਾ। ਜੇ ਕੱਚਾ ਤੋੜ ਲਈਏ ਕੁਛ ਨਹੀਂ ਨਿਕਲਦਾ।
कि तजर्बा है बजुर्गों का, जिन्नियां भी सब्जियां ने, जिन्हें भी फल ने, जिनी भी कणक आटा आदि जिन्नियां भी खाने वाली वस्तुआं ने, उन्होंने रस पैदा होंगे चंद्रमा दी रिश्मा नाल। एक कथा दसम ग्रंथ साहब जी के गुरु गोबिंद सिंह साहब जी ने लिखी हुई है चंद्र अवतार दे दी, ते सारे विद्वान सियाने ज्ञानी इस गल नूं मनदे हन। कहिंदे जिवें चंद्रमा विचों अमृत चौंदा ना, श्री गुरु गोबिंद सिंह साहब के मुख विचों भी अमृत चौंदा। गुर रसना अमृत बोलदी हर नाम सुहावी। जदों पाठ पातशाह बोलते ने मुख चो फुल गिरते ने, ते गलगियां वाले पातशाह दी रसना तो अमृत बाणी वसदी है। कुंडल सो गोल डोलै कपोला, गोल गोल कुंडल कन्ना विच पाए हुए गल्लां ते घूमदे हन। शोभित अमोल उपमा अतोला, कहिंदे शोभा पांदे ने जिन्हां दा कोई मुल नहीं, जिन्हां दी उपमा तोली नहीं जा सकदी, कह नहीं जा सकदा भी किस जैसे हन। उन्हां दी शोभा उही हन, दूसरा उन्हां दी वड्याई उन्हां दी शोभा दे लायक नहीं, जिहड़ा उन्हां नूं शोभा दित्ती जा सके, उपमा दित्ती जा सके। मुक्तान माल गल मैं विसाल, मेरे पातशाह दे गल विच मोतियां दी माला बहुत वड्डी पहनी है। उज दंडन अंगद दुत उजाल, आ जिहड़े दोवें डोले हन उन्हां दे उत्ते सोने दे वोटे पाए हन, अंगद पाए हन। घाटक जड़ाव कर कटक पाए, सोने दे विच हीरे जड़े हुए ने, ऐसे सुनहरी कड़े कलगियां वाले दे दोवां हत्थां विच सोभदे ने। छप छाप छलायन स्वशशाय, सोहणियां छापां छले पहने हुए ने। कर बंध कंगणा शोभ देत, हाथ विच बन्निया होया कंगणा बड़ी शोभा दिंदा है। पट पीत पहर दुत परम लेत, और पीले रंग दे कपड़े पाए अज कलगियां वाले पातशाह लाड़े बन गए ने, बड़े ही सोहणे लगदे ने। दोहरा जेवर जेवर जेव जिन जबर जवाहर जोत, हजूर दे गहने सोने दे हीरियां मोतियां नाल जबर जवाहर नाल जड़े हुए ने। जेवर जेवर जोत जे जेवर मैंने गहने जिन्हां दी जोत बहुत ज्यादा ही चमकदी है। जरे जरायन जाप नद पहरे शोभ उदोत, सोने विच हीरे मोती जड़े हुए ने, ते ऐसे कीमती गहने सतगुरां ने पहने हन। पादड़ी छंद झुले अंत छत्र सिर पर फिराए, आशीष ते छत्र झूलदा है। ਤੁਰੇ ਅੰਤ ਚਮਰ ਚਾਰੂ ਚਲਾ, ਔਰ ਦੋਵੇਂ ਪਾਸੇ ਚੌਰ ਬਰਦਾਰ ਚੌਰ ਚੁਲਾਉਂਦੇ ਨੇ। ਜਿਮ ਇੰਦਰ ਸਚੀ ਕੇ ਵਿਆਹ ਹੇਤ, ਜਿਵੇਂ ਰਾਜਾ ਇੰਦਰ ਆਪਣੀ ਘਰਵਾਲੀ ਸਚੀ ਇੰਦਰਾਣੀ ਨਾਲ ਵਿਆਹ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੋਵੇ। ਕਵੀ ਦੀ ਉਪਮਾ ਵੀ ਕਿੱਥੋਂ ਲੱਭ ਕੇ ਲਿਆਉਂਦੇ ਹੈ। ਕਹਿੰਦੇ ਜਿਵੇਂ ਇੰਝ ਲੱਗਦਾ ਇੱਕ ਪਾਸੇ ਇੰਦਰ ਲਾੜਾ ਬਣ ਚੁੱਕਾ ਹੈ, ਦੂਜੇ ਪਾਸੇ ਉਹਦੀ ਲਾੜੀ ਸੱਚੀ ਇੰਦਰ ਦੀ ਘਰਵਾਲੀ ਨੂੰ ਸੱਚੀ ਕਹਿੰਦੇ ਹੈ, ਉਹ ਤਿਆਰੀਆਂ ਕਰ ਰਹੀ ਹੈ, ਦੋਵਾਂ ਦਾ ਵਿਆਹ ਹੋਣਾ ਹੈ। ਤਨ ਕੋ ਸ਼ਿੰਗਾਰ ਦੁੱਤ ਪਰਮ ਦੇਤ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਤਨ ਨੂੰ ਸ਼ਿੰਗਾਰ ਕੇ ਸੋਭਾ ਪਾ ਰਹੇ ਨੇ। ਗੁਜਰੀ ਬਿਲੋਕ ਨਿਜ ਨੰਦ ਚੰਦ, ਧੰਨਵਾਦ ਹੈ ਗੁਜਰੀ ਜੀ ਆਪਣੇ ਪੁੱਤਰ ਆਪਣੇ ਸੋਹਣੇ ਲਾਲ ਕਲਗੀਆਂ ਵਾਲੇ ਨੂੰ ਵੇਖ ਵੇਖ ਕੇ। ਚਿੱਤ ਮੈਂ ਆਨੰਦ ਅਧਿਕਿਓ ਬਿਲੰਦ, ਆਪਣੇ ਚਿੱਤ ਵਿੱਚ ਬਹੁਤ ਜ਼ਿਆਦਾ ਹੀ ਪ੍ਰਸੰਨ ਹੋਏ ਨੇ, ਬਹੁਤ ਜ਼ਿਆਦਾ ਹੀ ਖੁਸ਼ ਹੋਏ ਨੇ। ਪ੍ਰਿਯ ਤਰੁਣ ਗੌਰ ਤਨ ਬਸਨ ਚੀਨ, ਆਪ ਉਸ ਵੇਲੇ ਸੁਹਾਗਣਾ ਜਿਨ੍ਹਾਂ ਦਾ ਸਰੀਰ ਬੜਾ ਸੁੰਦਰ ਗੋਰੇ ਰੰਗ ਵਾਲੀਆਂ ਨੇ, ਜਿਨ੍ਹਾਂ ਨੇ ਬੜੇ ਸੁੰਦਰ ਬਸਤਰ ਪਹਿਨੇ ਹੋਏ ਨੇ। ਗਨ ਅਲੰਕਾਰ ਧਰ ਹੇਮ ਭੀਨ, ਜਿਹੜੀਆਂ ਸੋਨੇ ਨਾਲ ਲੱਦੀਆਂ ਹੋਈਆਂ ਨੇ, ਸੋਨੇ ਦੇ ਗਹਿਣੇ ਪਹਿਨ ਕੇ ਸੋਹਣੇ ਕੱਪੜੇ ਪਾ ਕੇ ਗੁਰੂ ਕਲਗੀਆਂ ਵਾਲੇ ਦਾ ਵਿਆਹ ਵੇਖਣ ਆਈਆਂ ਨੇ। ਬਹੁ ਬਾਰ ਬਾਰ ਗਾਵੰਤ ਗੀਤ, ਉਹ ਸੁਹਾਗਣਾ ਖੁਸ਼ੀ ਦੇ ਗੀਤ ਗਾਉਂਦੀਆਂ ਨੇ, ਘੋੜੀਆਂ ਗਾਉਂਦੀਆਂ ਨੇ। ਜਿਨ ਕੰਠ
ਕੋਕਲਾ ਮੁਦਤ ਚੀਤ, ਜਿਹਨਾਂ ਦੀ ਆਵਾਜ਼ ਕੋਇਲ ਵਰਗੀ ਸੁਰੀਲੀ ਹੈ, ਮਿੱਠੀ ਆਵਾਜ਼ ਵਿੱਚ ਗਾਉਂਦੀਆਂ ਨੇ ਗੁਰਬਾਣੀ, ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਪਾਵੈ। ਹਾਂਜੀ, ਬਲਿਹਾਰ ਹੋ ਤਪਿਖ ਗੁਰ ਸਰੂਪ, ਉਹ ਸੁਹਾਗਣਾ ਜਿੱਥੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ, ਉੱਥੇ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਨੂੰ ਵੇਖ ਵੇਖ ਕੇ ਬਲਿਹਾਰ ਬਲਿਹਾਰ ਜਾਂਦੀਆਂ ਨੇ। ਉਮਕੰਤ ਹੀ ਲੱਖ ਕਰ ਅਨੂਪ, ਉਪਮਾ ਤੋਂ ਰਹਿਤ ਸਤਿਗੁਰੂ, ਜਿਹਨਾਂ ਦੀ ਕੋਈ ਉਪਮਾ ਕਰ ਹੀ ਨਹੀਂ ਸਕਦਾ, ਐਸੇ ਸਤਿਗੁਰਾਂ ਦਾ ਸਰੂਪ ਵੇਖ ਕੇ ਮਨ ਪ੍ਰਸੰਨ ਹੋ ਜਾਂਦਾ ਹੈ। ਕੁਲ ਰੀਤ ਕੀਨ ਗੁਰ ਵਹਿਰ ਆਏ, ਕੁਲ ਦੀ ਜੋ ਰੀਤੀ ਸੀ, ਸੋਢੀ ਕੁਲ ਦੀ ਜੋ ਮਰਜ਼ਾਦਾ ਸੀ, ਉਹ ਕਰਕੇ ਸਤਿਗੁਰੂ ਜੀ ਬਾਹਰ ਨਿਕਲੇ ਹਨ। ਫਿਰ ਭਏ ਪੌੜ ਸੁੰਦਰ ਸੁਹਾਏ, ਔਰ ਆਪਣੇ ਘਰ ਦੇ ਦਰਵਾਜ਼ੇ ਤੇ ਆ ਖਲੋਤੇ, ਬੜੇ ਸੋਭਾ ਪਾਉਂਦੇ ਹਨ। ਤਬ ਹਨੇ ਡੰਕ ਧੌ ਸਾ ਧੁੰਕਾਰ, ਜਦੋਂ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਸੱਜ ਧੱਜ ਕੇ ਗੁਰੂ ਕੇ ਮਹਿਲਾਂ ਦੇ ਦਰਵਾਜ਼ੇ 'ਚ ਆ ਖਲੋਤੇ ਹਨ, ਉਸ ਵੇਲੇ ਨਗਾਰਚੀਆਂ ਨੇ ਨਗਾਰਿਆਂ 'ਤੇ ਚੋਭਾਂ ਲਾਈਆਂ ਹਨ, ਢੋਲ ਪਟਬ ਪਣੇ ਨਗਾਰੇ ਵੱਜੇ ਹਨ। ਡਫ ਪਣਵ ਪਟਹੇ ਧੁਨ ਭੀ ਉਧਾਰ, ਡਫ ਵੱਜੀ ਹੈ, ਪਣਵ ਵੱਜੀ ਹੈ, ਪਟਿਆਂ ਦੀ ਆਵਾਜ਼ ਬਹੁਤ ਜ਼ਿਆਦਾ ਸੁਣਾਈ। ਅੱਜ ਕੱਲ੍ਹ ਤਾਂ ਬੈਂਡ ਵਾਜੇ ਵੱਜਣ ਲੱਗ ਪਏ ਨਾ ਅੰਗਰੇਜ਼ਾਂ ਵਾਲੇ, ਬੜੇ ਕੰਨ ਪਾੜਦੇ ਹੈ, ਸਮਝ ਕੁਛ ਨਹੀਂ ਆਉਂਦਾ, ਮਾਫ ਕਰਨਾ। ਆਪਣੇ ਜਿਹੜੇ ਵਾਜੇ ਸੀ ਨਾ ਹਿੰਦੁਸਤਾਨ ਦੇ ਪੁਰਾਣੇ, ਬੜੇ ਸੁਰੀਲੇ ਸੀ, ਬੜੇ ਆਨੰਦਦਾਇਕ ਸੀ, ਜਿਨ੍ਹਾਂ ਦੇ ਵਿੱਚ ਭੇਰੀ ਸੀ, ਸ਼ਹਿਨਾਈ ਸੀ, ਪਟੇ ਸੀ, ਪਣਵ ਸੀ। ਜੇ ਕਿਤੇ ਕੋਈ ਪੁਰਾਣੇ ਜ਼ਮਾਨੇ ਦੇ ਉਹ ਵਾਜੇ ਤੁਸੀਂ ਸੁਣ ਲਓ, ਅਤੇ ਆ ਬੈਂਡ ਵਾਜਾ ਸੁਣਨ ਨੂੰ ਤੁਹਾਡਾ ਜੀ ਨਾ ਕਰੇ। ਇਹ ਤਾਂ ਹੁਣ ਅੰਗਰੇਜ਼ਾਂ ਨੇ ਚਲਾਏ ਨਾ, ਅਤੇ ਬਹੁਤ ਹੋਰ ਤਰ੍ਹਾਂ ਦੀ ਆਵਾਜ਼ ਆਉਂਦੀ। ਜਿਹੜੇ ਉਹ ਆਵਾਜ਼ੇ ਸੀ ਉਹ ਸੁਰਾਂ ਦੇ ਵਿੱਚ, ਕੰਨਾਂ ਦੇ ਵਿੱਚ ਮਿਸ਼ਰੀ ਘੋਲ ਦਿੰਦੇ ਸੀ, ਸ਼ਹਿਦ ਘੋਲ ਦਿੰਦੇ ਸੀ, ਇੰਨੇ ਮਿੱਠੇ ਸੀਗੇ। ਸੋ ਕਹਿੰਦੇ ਜਿਹਨਾਂ ਦੀ ਆਵਾਜ਼ ਸੁਣ ਕੇ ਮਨ ਮੋਹਿਆ ਜਾਂਦਾ ਹੈ। ਤੁਰਰੀਆਂ ਵੱਜਦੀਆਂ ਨੇ, ਨਫੀਰੀਆਂ ਵੱਜਦੀਆਂ ਨੇ, ਛੈਣੇ ਵੱਜਦੇ ਨੇ। ਗਨ ਢੋਲ ਬੰਸਰੀ ਰਵ ਉਠੰਤ, ਢੋਲਾਂ ਦੀ ਆਵਾਜ਼ ਆਉਂਦੀ ਹੈ, ਬੰਸਰੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਸਭ ਅਗਰ ਚਲੇ ਬਾਜਤ ਨਿਸ਼ਾਨ, ਵੱਖਰੇ ਵੱਖਰੇ ਵਾਜੇ ਵਜਾਉਣ ਵਾਲੇ, ਢੋਲ ਵਜਾਉਣ ਵਾਲੇ, ਪਟੇ ਵਜਾਉਣ ਵਾਲੇ, ਬੰਸਰੀਆਂ ਵਜਾਉਣ ਵਾਲੇ, ਸ਼ਹਿਨਾਈਆਂ ਵਜਾਉਣ ਵਾਲੇ ਬਰਾਤ ਦੇ ਅੱਗੇ ਅੱਗੇ ਤੁਰ ਪਏ ਹਨ। ਕੁਛ ਕਹੀ ਬਾਤ ਸੁਣੀਏ ਨਾ ਕਾਨ, ਇੰਨਾ ਕੁਲਾਹਲ ਮਚਿਆ ਹੈ, ਇੰਨਾ ਉਤਸ਼ਾਹ ਹੈ ਵੀ ਕਹੀ ਹੋਈ ਗੱਲ ਇੱਕ ਬੰਦੇ ਦੀ ਦੂਜੇ ਨੂੰ ਸੁਣਾਈ ਨਹੀਂ ਦਿੱਤੀ। ਇਤਨਾ ਸ਼ੋਰ ਹੈ, ਇਤਨੀ ਆਵਾਜ਼ ਹੈ, ਇਤਨੀ ਧੁਨੀ ਹੈ ਕਿ ਸਾਰੇ ਪਾਸੇ ਗੁਰੂ ਗੋਬਿੰਦ ਸਿੰਘ ਦੇ ਵਿਆਹ ਦੀ ਹੀ ਜੈ ਜੈਕਾਰ ਸੁਣਾਈ ਦਿੰਦੀ ਹੈ। ਪਸ਼ਚਾਤ ਨਾਗਰੀ ਗਾਏ ਗਾਛ, ਔਰ ਸੁੰਦਰ ਇਸਤਰੀਆਂ ਜਿਹੜੀਆਂ ਬਰਾਤ ਨੂੰ ਤੋਰਨ ਚੱਲੀਆਂ, ਉਹਨਾਂ ਦਿਨਾਂ ਦੇ ਵਿੱਚ ਬੀਬੀਆਂ ਬਰਾਤੇ ਨਹੀਂ ਸੀ ਜਾਂਦੀਆਂ। ਇਹ ਤਾਂ ਸਾਡੇ ਦੇਖਦਿਆਂ ਦੇਖਦਿਆਂ ਰਿਵਾਜ਼ ਪਿਆ, 40 ਕੁ ਸਾਲ ਦੇ ਅੰਦਰ ਅੰਦਰ ਬੀਬੀਆਂ 20 ਕੁ ਸਾਲ ਦੇ ਲਗਭਗ, ਉਸ ਤੋਂ ਪਹਿਲਾਂ ਬੰਦੇ ਹੀ ਬਰਾਤੇ ਜਾਇਆ ਕਰ, ਬੀਬੀਆਂ ਬਰਾਤ ਤੋਰ ਕੇ ਵਾਪਸ ਆ ਜਾਂਦੀਆਂ ਸਨ। ਅਨੰਦਪੁਰ ਸਾਹਿਬ ਤੋਂ ਬਰਾਤ ਤੁਰੀ ਹੈ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਤਾ ਖੇਮ ਕੌਰ ਜੀ, ਹੋਰ ਜਿਹੜੀਆਂ ਗੁਰੂ ਘਰ ਦੀਆਂ ਵੱਡੀਆਂ ਅਤੇ ਸਿਆਣੀਆਂ ਇਸਤਰੀਆਂ ਅਤੇ ਸੰਗਤਾਂ ਦੀਆਂ ਬੀਬੀਆਂ ਜੋ ਆਈਆਂ ਹੋਈਆਂ, ਪ੍ਰੇਮੀ ਰਿਸ਼ਤੇਦਾਰ ਨਾਲ ਮਿਲਣਾ, ਉਹ ਸਾਰੀਆਂ ਹੀ ਬਰਾਤ ਨੂੰ ਤੋਰਨ ਚੱਲੀਆਂ, ਖੁਸ਼ੀ ਦੇ ਗੀਤ ਗਾਉਂਦੀਆਂ, ਘੋੜੀਆਂ ਗਾਉਂਦੀਆਂ ਹਨ। ਬਿਸਤਰਤ ਆਂਖ ਪਹਿਨੇ ਕਟਾਛ, ਜਿਨ੍ਹਾਂ ਦੇ ਨੇਤਰ ਬੜੇ ਸੁੰਦਰ ਹਨ, ਜਿਨ੍ਹਾਂ ਦੀ ਤੱਕਣੀ ਬੜੀ ਮਨ ਨੂੰ ਮੋਹਣ ਵਾਲੀ ਹੈ। ਇਸ ਬਰਾਤ ਚੜਾਵਤ ਚਲਤ ਸੰਗ, ਉਹ ਬਰਾਤ ਨੂੰ ਚੜਾਉਣ ਵਾਸਤੇ ਮਿੱਠੇ ਮਿੱਠੇ ਸੁਰੀਲ ਦੇ ਗੀਤ ਗਾਉਂਦੀਆਂ ਨਾਲ ਜਾ ਰਹੀਆਂ ਨੇ। ਗਨ ਅਲੰਕਾਰ ਛਣਕੰਤ ਅੰਗ, ਬੜੇ ਸੋਹਣੇ ਗਹਿਣੇ ਪਾਏ ਹੋਏ ਨੇ, ਜਿਨ੍ਹਾਂ ਦੇ ਗਹਿਣਿਆਂ ਦੇ ਹਿੱਲਣ ਨਾਲ ਆਵਾਜ਼ ਆਉਂਦੀ ਹੈ, ਛਣਕਾਰ ਉੱਠਦੀ ਹੈ, ਪੈਰਾਂ ਦੀਆਂ ਝਾਂਜਰਾਂ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਨੇ। ਬਹੁ ਬਰਨ ਚੂਨਰੀ ਛੋਰ ਧਾਰ, ਜਿਨ੍ਹਾਂ ਨੇ ਆਪਣੇ ਸਿਰ ਤੇ ਚੁੰਨੀਆਂ ਬੜੀਆਂ ਰੰਗ ਰੰਗ ਦੀਆਂ ਲਈਆਂ ਹੋਈਆਂ ਨੇ, ਤੇ ਉੱਤੇ ਗੋਟਾ ਲੱਗਾ ਹੋਇਆ ਹੈ ਛੋਰਦਾਰ। ਆਲੇ ਦੁਆਲੇ ਪੁਰਾਣੇ ਜ਼ਮਾਨੇ 'ਚ ਮਾਈਆਂ ਚੁੰਨੀ ਲੈਂਦੀਆਂ ਸਨ,
ਤੇ ਚੁੰਨੀਆਂ ਦੇ ਕਿਨਾਰੇ ਤੇ ਕਢਾਈ ਵਾਲਾ ਗੋਟਾ ਲੱਗਾ ਹੁੰਦਾ ਸੀ ਚਮਕਦਾਰ। ਹਾਂਜੀ, ਜਰੀਦਾਰ ਕੋ ਕੋਰਦਾਰ, ਕੋਈ ਜਰੀਦਾਰ ਚੁੰਨੀ ਲਈ ਫਿਰਦੀ ਹੈ ਤੇ ਕੋਈ ਕੋਰਦਾਰ ਲਈ ਫਿਰਦੀ ਹੈ। ਮੁਸਕਾਤ ਮੰਦ ਲਿਖੀ ਅੰਤ ਦੰਤ, ਜਦੋਂ ਮੁਸਕਾਂਦੀਆਂ ਨੇ ਹੱਸਦੀਆਂ ਨੇ ਤੇ ਉਹਨਾਂ ਦੇ ਮੋਤੀਆਂ ਵਰਗੇ ਦੰਦ ਦਿਸਦੇ ਨੇ। ਵਿੱਚ ਲਾਲ ਅਧਰ ਕੇ ਇਮ ਸੁਭੰਤ, ਲਾਲ ਬੁੱਲਾਂ ਵਿੱਚ। ਇੱਥੇ ਸਾਧ ਸੰਗਤ ਜੀ ਹੁਣ ਸ਼ਿੰਗਾਰ ਰਸ ਆ ਗਿਆ। ਕਈ ਲੋਕ ਅੱਜ ਕੱਲ੍ਹ, ਕਿਉਂਕਿ ਅਸੀਂ ਰਸਾਂ ਨੂੰ ਜਾਣਦੇ ਨਹੀਂ, ਵੀਰ ਰਸ ਕੀ ਹੈ, ਸ਼ਾਂਤ ਰਸ ਕੀ ਹੈ, ਸ਼ਿੰਗਾਰ ਰਸ ਕੀ ਹੈ, ਅਦਭੁਤ ਰਸ ਕੀ ਹੈ, ਇਹ ਨੌ ਰਸ ਨੇ ਕਵਿਤਾ ਦੇ। ਅਤੇ ਕਵੀ ਉਹੀ ਸਫਲ ਹੁੰਦਾ ਹੈ ਜਿੱਦਾਂ ਦਾ ਵਾਤਾਵਰਣ ਹੋਵੇ, ਉੱਦਾਂ ਦਾ ਰਸ ਬਿਆਨ ਕਰਦਾ, ਉੱਦਾਂ ਦਾ ਰਸ ਬੰਨ੍ਹ ਦੇਵੇ। ਜੇ ਵਿਆਹ ਦੇ ਸਮੇਂ ਸਾਧ ਸੰਗਤ ਜੀ ਲਾਹਣੀਆਂ ਪੜ੍ਹਨ ਲੱਗ ਜਾਈਏ ਤਾਂ ਚੰਗੀਆਂ ਨਹੀਂ ਲੱਗਦੀਆਂ। ਅਤੇ ਜੇ ਕੋਈ ਚੜ੍ਹਾਈ ਕੀਤੀ ਹੋਵੇ ਤਾਂ ਉੱਥੇ ਆਪਾਂ ਉੱਥੇ ਘੋੜੀਆਂ ਗਾਈਏ। ਕਵੀ ਨੇ ਇੱਥੇ ਹੁਣ ਰੰਗ ਬੰਨਿਆ ਹੈ। ਵਿਆਹ ਬਰਾਤਾਂ ਕਿਵੇਂ ਚੜ੍ਹਦੀਆਂ ਸਨ ਉਸ ਜ਼ਮਾਨੇ ਵਿੱਚ, ਅਤੇ ਉਸ ਵੇਲੇ ਸ਼ਿੰਗਾਰ ਰਸ ਪ੍ਰਧਾਨ ਹੁੰਦਾ ਸੀ, ਉੱਥੇ ਇਹ ਚੀਜ਼ਾਂ ਸੁਭਾਵਿਕ ਹੁੰਦੀਆਂ। ਅੱਜ ਵੀ ਇੱਦਾਂ ਹੀ ਹੈ। ਆਪਣੇ ਵਿਆਹਾਂ ਵਿੱਚ ਕੀ ਹੁੰਦਾ, ਖੁਸ਼ੀ ਦਾ ਮਾਹੌਲ ਹੁੰਦਾ। ਮੇਰੀਆਂ ਭੈਣਾਂ ਬੀਬੀਆਂ ਸੋਹਣੇ ਸੋਹਣੇ ਕੱਪੜੇ ਪਾ ਕੇ ਆਉਂਦੀਆਂ ਨੇ, ਗੀਤ ਗਾਉਂਦੀਆਂ ਨੇ ਅਤੇ ਹਾਰ ਸ਼ਿੰਗਾਰ ਵੀ ਪੂਰਾ ਕਰਦੀਆਂ ਨੇ। ਅਤੇ ਭਾਵੇਂ ਅੱਜ ਕੱਲ੍ਹ ਤਾਂ ਦੁੱਗਣਾ ਚੌਗਣਾ ਹੀ ਆ, ਕਈ ਤਾਂ ਮੈਂ ਦੇਖਿਆ ਵੀ ਹਾਰ ਸ਼ਿੰਗਾਰ 'ਤੇ ਸਾਰਾ ਟਾਈਮ ਲਾ ਦਿੰਦੀਆਂ। ਠੀਕ ਹੈ ਵੀ ਜਿੰਨਾ ਕੁ ਜਾਇਜ਼ ਆ ਓਨਾ ਹੀ ਕਰਨਾ ਚਾਹੀਦਾ, ਇਹ ਵੀ ਨਹੀਂ ਵੀ ਸਾਰਾ ਦਿਨ ਹਾਰ ਸ਼ਿੰਗਾਰ 'ਤੇ ਬਿਊਟੀ ਪਾਰਲਰ 'ਤੇ ਬੈਠੇ ਰਹੋ, ਇੰਨਾ ਵੀ ਨਹੀਂ। ਜਿੰਨੀ ਕੁ ਮਹਾਰਾਜ ਨੇ ਸਾਨੂੰ ਸਮੱਤ ਦਿੱਤੀ, ਕੱਪੜਾ ਸੋਹਣਾ ਪਾਓ, ਗਹਿਣਾ ਪਾਓ, ਅਤੇ ਆਪਣਾ ਜਿਹੜਾ ਵਾਹਿਗੁਰੂ ਨੇ ਰੂਪ ਰੰਗ ਦਿੱਤਾ ਉਹਦੇ ਬਦਲ ਨਹੀਂ ਨਾ ਜਾਣਾ, ਅਤੇ ਜਾ ਕੇ ਉੱਤੇ ਹੋਰ ਦਾ ਹੋਰ ਹੀ ਮਲ ਛੱਡਣਾ, ਆਪਣੀ ਸਕਿੰਨ ਵੀ ਖਰਾਬ ਕਰ ਲੈਣੀ। ਇਹ ਅੱਜ ਕੱਲ੍ਹ ਦਾ ਕੰਮ, ਪਹਿਲਾਂ ਇੱਦਾਂ ਨਹੀਂ ਸੀ। ਸੁਭਾਵਿਕ ਜਿਹੜਾ ਗੁਰੂ ਨੇ ਰੂਪ ਰੰਗ ਦਿੱਤਾ ਹੁੰਦਾ ਸੀ ਉਹਨੂੰ ਸੋਹਣੇ ਵਸਤਰਾਂ ਅਤੇ ਗਹਿਣਿਆਂ ਨਾਲ ਸ਼ਿੰਗਾਰ ਲੈਂਦੀਆਂ ਸਨ। ਕਹਿੰਦੇ ਉਹਨਾਂ ਦੇ ਫੁੱਲਾਂ ਦੇ ਵਿੱਚ ਦੰਦ ਜਦੋਂ ਹੱਸਦੀਆਂ ਨੇ ਇਉਂ ਲੱਗਦੇ ਨੇ ਸੰਪਟ ਪ੍ਰਵਾਲ ਦੁੱਧ ਲਾਲ ਵੰਤ, ਜਿਵੇਂ ਗੁਲੀਆਂ ਦੇ ਡੱਬੇ ਵਿੱਚ ਲਾਲ ਪਏ ਹੋਣ, ਬੁੱਲ ਜਿਹੜੇ ਨੇ ਲਾਲ ਨੇ, ਵਿੱਚ ਦੰਦ ਮੋਤੀਆਂ ਤਰ੍ਹਾਂ ਚਮਕਦੇ ਨੇ। ਵਿੱਚ ਬੀਜ ਬੀਜਰੀ ਗਾਜ ਅੰਤ, ਇੰਝ ਲੱਗਦਾ ਜਿਵੇਂ ਬਿਜਲੀ ਚਮਕਦੀ ਹੈ। ਬੜਵਾ ਅਰੂੜ ਗੁਰ ਅਗਰ ਚਾਰ, ਅੱਜ ਗੁਰੂ ਕਲਗੀਆਂ ਵਾਲੇ ਘੋੜੀ 'ਤੇ ਬੈਠੇ ਨੇ, ਕਿਉਂ ਜਦੋਂ ਬਰਾਤ ਜਾਂਦੀ ਉਦੋਂ ਲੜਕੇ ਨੂੰ ਘੋੜੀ 'ਤੇ ਬਿਠਾਉਂਦੇ, ਇਹ ਉੱਤਰੀ ਭਾਰਤ ਦਾ ਰਿਵਾਜ਼ ਹੈ। ਦੱਖਣ ਭਾਰਤ ਵੱਲ ਮੈਨੂੰ ਪਤਾ ਨਹੀਂ ਵੀ ਇੱਥੇ ਕਈ ਘੋੜੇ 'ਤੇ ਵੀ ਬਿਠਾ ਲੈਂਦੇ ਨੇ ਮੁੰਡੇ ਨੂੰ, ਪਰ ਆਪਣੇ ਪੰਜਾਬ ਦੇ ਵਿੱਚ ਘੋੜੀ ਦਾ ਰਿਵਾਜ਼ ਹੈ। ਸਤਿਗੁਰੂ ਅੱਜ ਘੋੜੀ 'ਤੇ ਚੜ੍ਹੇ ਹਨ, ਮੁਕਤਾਨ ਸੇਹਰਾ ਹੇਮ ਭਾਲ, ਅਤੇ ਮੋਤੀਆਂ ਦਾ ਸਿਹਰਾ ਮੱਥੇ 'ਤੇ ਲਾਇਆ ਹੈ। ਅੱਜ ਕੱਲ੍ਹ ਸਾਧ ਸੰਗਤ ਜੀ ਸਾਡੇ ਸਿੱਖਾਂ ਵਿੱਚ ਇੱਕ ਇਹ ਵੀ ਬੜਾ ਵੱਡਾ ਪ੍ਰਚਾਰ ਹੈ ਜੀ, ਸਿਹਰਾ ਬੰਨਣਾ ਮਨ ਮੱਤ ਹੈ। ਪਰ ਮੈਂ ਇਹਨਾਂ ਨੂੰ ਪੁੱਛਦਾ ਵੀ ਜਿਹੜਾ ਗੁਰੂ ਸੁਲਤਾਨਪੁਰ ਸਿਹਰਾ ਸਾਹਿਬ ਬਣਿਆ ਗੁਰੂ ਨਾਨਕ ਦੇਵ ਜੀ ਦਾ, ਉਹ ਕਿਵੇਂ ਬਣ ਗਿਆ? ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਹੈ ਸਿਹਰਾ ਸਾਹਿਬ, ਇਹਦਾ ਮਤਲਬ ਸਤਿਗੁਰਾਂ ਨੇ ਸਿਹਰਾ ਬੰਨਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਸਿਹਰਾ ਸਾਹਿਬ ਉੱਥੇ ਗੁਰੂ ਕੇ ਲਾਹੌਰ ਬਣਿਆ ਹੋਇਆ, ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸਿਹਰਾ ਸਾਹਿਬ। ਉੱਥੇ ਇਤਿਹਾਸ ਲਿਖਿਆ ਵੀ ਇੱਥੇ ਮਹਾਰਾਜ ਸਿਹਰਾ ਬੰਨ ਕੇ ਬਰਾਤ ਚੜ੍ਹੇ ਸੀਗੇ, ਇਤਿਹਾਸਕ ਸਾਡੇ ਕੋਲ ਸਬੂਤ ਹੈ। ਅਤੇ ਆਪਣੇ ਅੱਜ ਕੱਲ੍ਹ ਕਈ ਸੱਜਣ ਉਹ ਬਿਨਾਂ ਸਿਹਰੇ ਦੇ ਹੀ ਮੁੰਡੇ ਨੂੰ ਤੋਰ ਲੈਂਦੇ ਆ। ਇਹ ਪੰਜ ਚਾਰ ਵਿਆਹਾਂ 'ਤੇ ਮੈਂ ਪ੍ਰੈਕਟੀਕਲ ਕੀਤਾ, ਅਸੀਂ ਸਾਰੇ ਹੀ ਨੀਲੇ ਬਾਣਿਆਂ ਵਾਲੇ, ਉਹ ਜਿਹਦਾ ਵਿਆਹ ਸੀ ਉਹ ਵੀ ਨੀਲੇ ਬਾਣੇ ਵਾਲਾ, ਅਤੇ ਜਿਹੜੇ ਮਿਲ ਨਹੀਂ ਕਰਨ ਅਤੇ ਉਹ ਲੱਭੇ ਨਾ, ਸੌ ਬੰਦਿਆਂ ਵਿੱਚੋਂ ਉਹਨੂੰ ਲੱਭ ਕੇ ਲਿਆਉਣਾ, ਇੱਦਾਂ ਕੇ ਕਰਨਾ, ਫਿਰ ਪੰਜਾਂ ਚਾਰਾਂ 'ਚ ਉਹਨੇ ਗੁੰਮ ਜਾਣਾ। ਅਤੇ ਹੁਣ ਜੇ ਮੁੰਡੇ ਦਾ ਪਤਾ ਹੀ ਨਾ ਲੱਗੇ ਵਿਆਹ ਵਾਲਾ ਕਿਹੜਾ, ਬਰਾਤ ਜਾ ਰਹੀ ਹੈ ਕਿ ਕੋਈ ਹੋਰ ਤੁਰੇ ਜਾਂਦੇ ਆ। ਸਿਹਰਾ ਬੰਨਣਾ ਇਸ ਗੱਲ ਦਾ ਪ੍ਰਤੀਕ ਹੁੰਦਾ ਵੀ ਇਹ ਬਰਾਤ ਜਾ ਰਹੀ ਹੈ, ਇੱਕ ਲਾੜਾ ਹੈ ਬਾਕੀ ਬਰਾਤੀ ਨੇ। ਐਵੇਂ ਆਪਣੀ ਬਣਾਈ ਗੁਰਮਤ ਨਾ ਮੰਨਿਆ ਕਰੋ। ਸਾਡੇ ਪੁਰਾਣੇ ਗ੍ਰੰਥਾਂ 'ਚ ਲਿਖੀ ਹੈ, ਗੁਰਪ੍ਰਤਾਪ ਸੂਰਜ ਵਿੱਚ ਹੈ, ਗੁਰਦੁਆਰੇ ਨੇ ਸਿਹਰਾ ਸਾਹਿਬ। ਫਿਰ ਉਸ ਤੋਂ ਵੱਡੀ ਜਿਹੜੀ ਮਿਸਾਲ ਹੈ ਉਹ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਜਦੋਂ ਆਪਣੇ ਪੋਤਰੇ ਦਾ ਸਿਹਰਾ ਬਣਾਇਆ, ਉਹ 9 ਲੱਖ ਦਾ ਬਣਿਆ, 9 ਲੱਖ ਦਾ ਸਿਹਰਾ ਬਣਿਆ, ਅਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਇਹ ਸਿਹਰਾ ਮੇਰੇ 9 ਨਿਹਾਲ ਦੇ ਮੱਥੇ 'ਤੇ ਲੱਗਣ ਦੇ ਯੋਗ ਨਹੀਂ, ਇਹ ਤਾਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੜ੍ਹਾ ਦਿਓ। 1984 ਤੱਕ ਉਹ ਸਿਹਰਾ ਤੋਸ਼ੇਖਾਨੇ 'ਚ ਸਾਂਭ ਕੇ ਰੱਖਿਆ ਸੀ।
ਸੋ ਪੁਰਾਤਨ ਮਰਿਆਦਾ ਨੇ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਕੱਟੜਤਾ ਦੇ ਨਾਂ 'ਤੇ ਨਾ ਬਦਲੋ ਆਪਣੀ ਮਨ ਮਤ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਜਾਂ ਦਸਮ ਵਿੱਚ ਜਾਂ ਸਰਬਲੋਚ ਜਾਂ ਭਾਈ ਗੁਰਦਾਸ ਦੀ ਬਾਣੀ 'ਚ ਲਿਖਿਆ ਵੀ ਸਿਹਰਾ ਬੰਨਣਾ ਮਨ ਮਤ ਹੈ ਫਿਰ ਤਾਂ ਅਸੀਂ ਨਹੀਂ ਬੰਨਾਂਗੇ ਪਰ ਜਦੋਂ ਸਾਡੇ ਗ੍ਰੰਥਾਂ 'ਚ ਵੀ ਲਿਖਿਆ ਸਾਡੇ ਇਤਿਹਾਸ 'ਚ ਵੀ ਹੈ ਸਿਹਰੇ ਤੋਂ ਪਤਾ ਲੱਗਦਾ ਵੀ ਬਰਾਤ ਜਾ ਰਹੀ ਹੈ ਅਤੇ ਸਿਹਰੇ ਤੋਂ ਬਿਨਾਂ ਪਤਾ ਹੀ ਨਹੀਂ ਵੀ ਬਰਾਤ ਹੈ ਕਿ ਕੀ ਹੈ ਸੌ ਬੰਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਵੀ ਹੈਂ ਸਿਹਰਾ ਭਜਾ ਪਤਾ ਲੱਗਦਾ ਵੀ ਲਾੜਾ ਹੈ ਬਰਾਤ ਜੇ ਵਿਆਹ ਚੱਲੇ ਨੇ ਇਹਦੇ 'ਚ ਹਿੰਦੂ ਮੁਸਲਮਾਨ ਦਾ ਕੀ ਸਵਾਲ ਹੋਇਆ ਜੇ ਹਿੰਦੂ ਮੰਨ ਲਓ ਸਿਹਰਾ ਬੰਨਦੇ ਨੇ ਅਤੇ ਹਿੰਦੂ ਮੂੰਹ ਨਾਲ ਰੋਟੀ ਖਾਂਦੇ ਨੇ ਆਪਾਂ ਫਿਰ ਮੂੰਹ ਨਾਲ ਰੋਟੀ ਨਹੀਂ ਖਾਵਾਂਗੇ ਹਿੰਦੂ ਨੱਕ ਨਾਲ ਸਾਹ ਲੈਂਦੇ ਮੁਸਲਮਾਨ ਵੀ ਬੰਨਦੇ ਨੇ ਉਹ ਵੀ ਆਪਣੇ ਤਰੀਕੇ ਨਾਲ ਵਿਆਹ ਕਰਦੇ ਸਾਡੇ ਕੁਝ ਸਮਾਜਿਕ ਸਰੋਕਾਰ ਨੇ ਉਹਨਾਂ ਨੂੰ ਹਿੰਦੂ ਮੁਸਲਮਾਨ 'ਚ ਨਹੀਂ ਗਿਣਨਾ ਚਾਹੀਦਾ ਸੋ ਇੱਥੇ ਲਿਖਿਆ ਗੁਰੂ ਸਾਹਿਬ ਜੀ ਹੀਰਿਆਂ ਦਾ ਮੋਤੀਆਂ ਦਾ ਸਿਹਰਾ ਮੱਥੇ 'ਤੇ ਸਜਾਇਆ ਹੈ ਕਹਿੰਦੇ ਬਾਜੇ ਬੱਜ ਰਹੇ ਨੇ ਬੜਾ ਸ਼ੋਰ ਸ਼ਰਾਬਾ ਹੈ ਘਰ ਪੌਰ ਪੂਰ ਨਰਨ ਭੀੜ ਕਹਿੰਦੇ ਘਰ ਘਰ ਬੂਹੇ ਬੂਹੇ 'ਤੇ ਲੋਕਾਂ ਦੀ ਭੀੜ ਹੈ ਅਨੰਦਪੁਰ ਸਾਹਿਬ ਦੀਆਂ ਬੀਬੀਆਂ ਲੋਕ ਬੱਚੇ ਬੁੱਢੇ ਕੋਠਿਆਂ 'ਤੇ ਚੜ੍ਹ ਕੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਕਲਗੀਧਰ ਦੀ ਬਰਾਤ ਜਾ ਰਹੀ ਹੈ ਇਸ ਬਰਾਤ ਦੇ ਦਰਸ਼ਨ ਕਰ ਰਹੇ ਨੇ ਕੌਤਕ ਵੀ ਲੋਕ ਲੋਭਤ ਸਰੀਰ ਸਤਿਗੁਰਾਂ ਦੇ ਕੌਤਕ ਵੇਖ ਕੇ ਵਿਆਹ ਦੇ ਕੌਤਕ ਵੇਖ ਕੇ ਸਾਰਿਆਂ ਦਾ ਮਨ ਮੋਹਿਆ ਜਾ ਰਿਹਾ ਹੈ ਸਭ ਸਜ ਬਰਾਤ ਸੁਧ ਪਾਏ ਆਏ ਬਰਾਤ ਸਜ ਗਈ ਹੈ ਜਿੰਨੇ ਵੀ ਬਰਾਤੀ ਨੇ ਵਧੀਆ ਵਧੀਆ ਘੋੜਿਆਂ ਦੇ ਸਵਾਰ ਹੋ ਕੇ ਰੱਥਾਂ ਦੇ ਸਵਾਰ ਹੋ ਕੇ ਆਪਣੇ ਆਪਣੇ ਗੱਡਿਆਂ ਗੜਬਹਿਲਾਂ ਤੇ ਸਵਾਰ ਹੋ ਕੇ ਚੱਲ ਪਏ ਨੇ ਵਾਹਨ ਪਲਾਏ ਤੇ ਤਕ ਕੁਦਾਏ ਨੌਜਵਾਨ ਗੱਭਰੂ ਆਪਣੇ ਘੋੜਿਆਂ ਨੂੰ ਕੁਦਾਉਂਦੇ ਨੇ ਜਿਹਨੇ ਘੋੜਿਆਂ ਨੂੰ ਸ਼ਿੰਗਾਰ ਸ਼ਿੰਗਾਰ ਕੇ ਲਿਆਏ ਨੇ ਘੋੜਿਆਂ ਤੇ ਬੈਠੇ ਨੇ ਬੜੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਸੋਹਣੇ ਕੱਪੜੇ ਪਹਿਨੇ ਨੇ ਸ਼ੁਭ ਸਜਤ ਜੀਨ ਸੁੰਦਰ ਤੁਰੰਗ ਸੋਹਣਿਆਂ ਘੋੜਿਆਂ ਤੇ ਸੋਹਣੀਆਂ ਕਾਠੀਆਂ ਪਾਈਆਂ ਨੇ ਬੜੇ ਸੁੰਦਰ ਘੋੜੇ ਨੇ ਤੇ ਉਹਨਾਂ ਦੀਆਂ ਕਾਠੀਆਂ ਜੀਨਾਂ ਵੀ ਸੋਭਦੀਆਂ ਨੇ ਸਭ ਕਰੇ ਏਕ ਸਮ ਲਾਲ ਰੰਗ ਕਹਿੰਦੇ ਲਾਲ ਰੰਗ ਦੀਆਂ ਕਾਠੀਆਂ ਪਾਈਆਂ ਨੇ ਇੱਕੋ ਜਿਹੀਆਂ ਸਾਰਿਆਂ ਨੇ ਵਾਹਨ ਅਨੇਕ ਨਿਕ ਸੰਤ ਚਾਰ ਬੜੇ ਬੜੇ ਸੋਹਣੇ ਘੋੜੇ ਇੱਕ ਸਾਰ ਅਨੰਦਪੁਰ ਤੋਂ ਬਰਾਤੀਆਂ ਦੇ ਨਿਕਲੇ ਨੇ ਸਯੰਦਨ ਸੁਰੰਗ ਜਰ ਕੋ ਉਛਾਰ ਕਹਿੰਦੇ ਜਿਹੜੇ ਰੱਥ ਨੇ ਉਹਨਾਂ ਰੱਥਾਂ ਦੇ ਉੱਤੇ ਜਰੀਦਾਰ ਉਛਾੜ ਪਾਏ ਹੋਏ ਨੇ ਜਦੋਂ ਸੂਰਜ ਦੀਆਂ ਕਿਰਨਾਂ ਜਰੀ 'ਤੇ ਪੈਂਦੀਆਂ ਨੇ ਦੂਰ ਤੱਕ ਚਮਕ ਨਜ਼ਰ ਆਉਂਦੀ ਹੈ ਕਿਸੇ ਰੱਥ ਦੇ ਵਿੱਚ ਘੋੜੇ ਲਾਏ ਹੋਏ ਨੇ ਘੋੜੇ ਜੋੜੇ ਹੋਏ ਨੇ ਤੇ ਕਿਸੇ ਰੱਥ ਦੇ ਵਿੱਚ ਬਲਦਾਂ ਦੀ ਜੋਗ ਜੋੜੀ ਹੋਈ ਹੈ ਘੋੜਿਆਂ ਦੇ ਬਲਦਾਂ ਦੇ ਸਰੀਰ ਬੜੇ ਜ਼ੋਰ ਵਾਲੇ ਨੇ ਚੰਗੀਆਂ ਖੁਰਾਕਾਂ ਦੇ ਕੇ ਨਿਹਾਰੀਆਂ ਦੇ ਕੇ ਬਲਦ ਤੇ ਘੋੜੇ ਪਾਲੇ ਹੋਏ ਨੇ ਘੰਟੇ ਠਣੰਕ ਘੁੰਗਰ ਛਣੰਕ ਜਦੋਂ ਉਹ ਬਲਦ ਚੱਲਦੇ ਨੇ ਉਹਨਾਂ ਦੇ ਗਲ ਵਿੱਚ ਪਾਈਆਂ ਹੋਈ ਟੱਲੀਆਂ ਖੜਕਦੀਆਂ ਨੇ ਘੰਟੇ ਖੜਕਦੇ ਨੇ ਛਣਕਦੇ ਨੇ ਘੂੰਗਰ ਜਿਹੜੇ ਨੇ ਘੁੰਗਰੂ ਪਾਏ ਹੋਏ ਨੇ ਪੈਰਾਂ ਵਿੱਚ ਉਹ ਵੀ ਛਣਕਾਰ ਕਰਦੇ ਨੇ ਪ੍ਰੇਰਕ ਸ਼ਬਦ ਤੋਰਤ ਨਿਸ਼ੰਕ ਤੇ ਰੱਥ ਵਾਹੀ ਜਿਹੜੇ ਨੇ ਆਪਣੇ ਆਪਣੇ ਰੱਥਾਂ ਨੂੰ ਹੱਕਦੇ ਨੇ ਆਵਾਜ਼ ਦਿੰਦੇ ਨੇ ਘੋੜਿਆਂ ਨੂੰ ਬਲਦਾਂ ਨੂੰ ਤੁਰਨ ਦੀ ਇਸ਼ਾਰਾ ਕਰਦੇ ਨੇ ਬਹੁ ਬਹਿਲ ਬੇਗ ਤੇ ਬਲ ਬਿਲੰਦ ਜਿਹੜੇ ਬਲਦਾਂ ਦੇ ਨਾਲ ਗੜਬਹਿਲਾਂ ਜੋੜੀਆਂ ਜਾਂਦੀਆਂ ਉਹ ਵੀ ਬੜੇ ਬੇਗ ਨਾਲ ਦੌੜਦੀਆਂ ਨੇ ਸੁੰਦਰ ਸ਼ਿੰਗਾਰ ਬਿਖ ਦੇ ਆਨੰਦ ਬੜਾ ਸੋਹਣਾ ਸ਼ਿੰਗਾਰ ਹੈ ਦਸਵੇਂ ਪਾਤਸ਼ਾਹ ਦੀ ਬਰਾਤ ਜਾ ਰਹੀ ਹੈ ਇੱਕ ਸਾਰ ਲਾਲ ਸਭ ਪਰ ਉਛਾਰ ਤੇ ਸਾਰਿਆਂ ਗੜਬਹਿਲਾਂ ਤੇ ਸਾਰਿਆਂ ਘੋੜਿਆਂ ਤੇ ਜਿਹੜੀਆਂ ਝੁੱਲਾਂ ਪਾਈਆਂ ਨੇ ਲਾਲ ਰੰਗ ਦੀਆਂ ਇੱਕੋ ਜੀਆਂ ਹਨ ਫਟ ਪੈਰ ਰੁਚਿਰ ਭੂਖਨ ਸੁਧਾਰ ਸਾਰਿਆਂ ਨੇ ਕੱਪੜੇ ਗਹਿਣੇ ਸੋਹਣੇ ਪਾਏ ਨੇ ਸਭ ਬਣੇ ਛੈਲ ਸਭ ਤੇ ਸੁਹਾ ਸਾਰੇ ਗੱਭਰੂ ਛੈਲ ਛਬੀਲੇ ਸੋਹਣੀਆਂ ਚੀਰਿਆਂ ਵਾਲੀਆਂ ਪੱਗਾਂ ਬੰਨੀਆਂ ਨੇ ਸੋਹਣੇ ਕੱਪੜੇ ਪਹਿਨੇ ਨੇ ਸਭ ਪੰਚ ਭਰਾਤ ਤੇ ਆਏ ਧਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਭੂਆ ਦੇ ਪੁੱਤਰ ਪੰਜ ਭਰਾ ਬੀਬੀ ਬੀਰੋ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਇੱਕੋ ਇੱਕ ਬੇਟੀ ਸੀ
ਉਹਦਾ ਨਾਂ ਸੀ ਬੀਬੀ ਬੀਰੋ। ਬੀਬੀ ਬੀਰੋ ਦੇ ਪੰਜ ਪੁੱਤਰ ਸਨ, ਗੁਰੂ ਹਰਗੋਬਿੰਦ ਸਾਹਿਬ ਦੇ ਦੋਤੇ ਬੰਦੇ ਆਏ ਨੇ, ਜਿਨ ਜੀਨ ਰਜਤ ਅਰ ਰੁਕਮ ਲਾ, ਜਿਨ੍ਹਾਂ ਦੀਆਂ ਕਾਠੀਆਂ ਨੂੰ ਚਾਂਦੀ ਦੇ ਸੋਨੇ ਨਾਲ ਸ਼ਿੰਗਾਰਿਆ ਹੋਇਆ। ਕਿਸੇ ਘੋੜੇ ਤੇ ਸੋਨੇ ਦੀ ਸੁਨਹਿਰੀ ਕਾਠੀ ਹੈ ਤੇ ਕਿਸੇ ਘੋੜੇ ਦੇ ਚਾਂਦੀ ਦੀ ਕਾਠੀ ਹੈ। ਤਿੰਨ ਨਾਮ ਸ਼ਾਹ ਸੰਗੋ ਪਿਰਾਮ, ਉਹਨਾਂ ਵਿੱਚੋਂ ਸਭ ਤੋਂ ਵੱਡਾ ਭਰਾ ਹੈ ਗੁਰੂ ਗੋਬਿੰਦ ਸਿੰਘ ਦਾ ਸੰਗੋ ਸ਼ਾਹ, ਬੜਾ ਹੀ ਸੋਹਣਾ ਬੜਾ ਹੀ ਜੋਧਾ ਜਵਾਨ ਹੈ। ਹਰ ਮਾਹਰੀ ਚੰਦ ਸੋ ਗੰਗ ਰਾਮ, ਦੂਸਰੇ ਦਾ ਨਾਮ ਮਾਹਰੀ ਚੰਦ ਹੈ ਤੇ ਇੱਕ ਦਾ ਨਾਮ ਗੰਗਾ ਰਾਮ ਹੈ। ਉਨ ਜੀਤ ਮਲ ਗਾਜ਼ੀ ਗੁਲਾਬ, ਇੱਕ ਦਾ ਨਾਮ ਜੀਤ ਮਲ ਹੈ ਤੇ ਇੱਕ ਦਾ ਨਾਮ ਗੁਲਾਬ ਰਾਏ ਹੈ। ਇਹ ਪੰਜੇ ਹੀ ਗੁਰੂ ਗੋਬਿੰਦ ਸਿੰਘ ਦੀ ਭੂਆ ਦੇ ਪੁੱਤਰ ਹਨ। ਗੁਰ ਨਿਕਟ ਆਏ ਪਹੁੰਚੇ ਸ਼ਤਾਬ, ਇਹ ਪੰਜੇ ਭਰਾ ਸੋਹਣੇ ਕੱਪੜੇ ਵਸਤਰ ਸ਼ਸਤਰਾਂ ਨਾਲ ਸੱਜ ਕੇ ਆਪਣੇ ਭਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਰਾਤ ਵਿੱਚ ਸ਼ਾਮਿਲ ਹੋਣ ਲਈ ਕਲਗੀਧਰ ਦੇ ਬਿਲਕੁਲ ਸੱਜੇ ਪਾਸੇ ਆ ਖਲੋਤੇ ਹਨ। ਜਿਜ ਦਇਆ ਰਾਮ ਵਸਤਰਨ ਸਜਾਏ, ਗੁਰੂ ਘਰ ਦੇ ਪੁਰੋਹਿਤ ਪੰਡਿਤ ਦਇਆ ਰਾਮ ਜੀ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੁੱਲ ਪੁਰੋਹਿਤ ਵੀ ਹਨ ਤੇ ਫੌਜ ਦੇ ਜਰਨੈਲ ਵੀ ਹਨ। ਪੰਡਿਤ ਦਇਆ ਰਾਮ ਜੀ ਦੇ ਪਿਤਾ ਜਾਤੀ ਮਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਰਨੈਲ ਸਨ। ਇਹ ਗੁਰੂ ਵੰਸ਼ ਦੇ ਸੋਢੀ ਵੰਸ਼ ਦੇ ਪੁਰੋਹਿਤ ਸਨ ਤੇ ਵਿੱਦਿਆ ਵਿੱਚ ਬਹੁਤ ਸ਼ਾਸਤਰਾਂ ਦੇ ਵੇਦਾਂ ਦੇ ਗਿਆਤਾ ਸਨ। ਜਿੱਥੇ ਇਹ ਪੰਡਤਾਂ ਵਾਲੀ ਵਿੱਦਿਆ ਪੜ੍ਹੇ ਸਨ ਉੱਥੇ ਸਾਧ ਸੰਗਤ ਜੀ ਇਹ ਸ਼ਸਤਰ ਵਿੱਦਿਆ ਵਿੱਚ ਵੀ ਬੜੇ ਨਿਪੁੰਨ ਸਨ। ਜਾਤੀ ਮਲਕ ਗੁਰੂ ਹਰਗੋਬਿੰਦ ਸਾਹਿਬ ਦੀਆਂ ਚਾਰਾਂ ਜੰਗਾਂ ਵਿੱਚ ਲੜਿਆ ਹੈ। ਉਹਦਾ ਪੁੱਤਰ ਦਇਆ ਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਦਾ ਜਰਨੈਲ ਰਿਹਾ ਅਤੇ ਭੰਗਾਣੀ ਦੇ ਜੰਗ ਵਿੱਚ ਲੜਿਆ ਹੈ। ਬਚਿੱਤਰ ਨਾਟਕ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਉਹਨਾਂ ਦੀ ਉਪਮਾ ਲਿਖਦਿਆਂ ਕਿਹਾ ਕਿ ਉਹ ਦਰੋਣ ਕੀ ਜਿਉਂ ਮਹਾਂ ਯੁੱਧ ਸੁਧਨ, ਜਿਵੇਂ ਮਹਾਂਭਾਰਤ ਵਿੱਚ ਦਰੋਣਾਚਾਰਿਆ ਨੇ ਯੁੱਧ ਕੀਤਾ ਸੀ, ਇੱਦਾਂ ਭੰਗਾਣੀ ਦੇ ਜੰਗ ਵਿੱਚ ਪੰਡਿਤ ਦਇਆ ਰਾਮ ਜੀ ਨੇ ਯੁੱਧ ਕੀਤਾ। ਪੰਡਿਤ ਦਇਆ ਰਾਮ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਖੜੇ ਹਨ। ਘਰ ਖੜਗ ਸਿਪਰ ਹਯ ਕੋ ਤਵਾਇ, ਪੰਡਿਤ ਦਇਆ ਰਾਮ ਜੀ ਸ਼ਸਤਰਾਂ ਨਾਲ ਸਜੇ ਹੋਏ ਨੇ, ਗਾਤਰੇ ਢਾਲ ਤਲਵਾਰ ਸਜਾਈ ਹੋਈ ਹੈ। ਸ਼ੁਭ ਸੂਰਜ ਮਲ ਕੇ ਪੌਤਰ ਦੋਏ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਤਾਇਆ ਬਾਬਾ ਸੂਰਜ ਮਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਸਨ, ਵੱਡੇ ਸਨ ਬਾਬਾ ਗੁਰਦਿੱਤਾ। ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਦੂਜੇ ਸੀ ਬਾਬਾ ਸੂਰਜ ਮੱਲ ਜੀ, ਤੀਜੇ ਸੀ ਬਾਬਾ ਅਣੀ ਰਾਏ ਜੀ, ਚੌਥੇ ਸੀ ਬਾਬਾ ਅਟਲ ਰਾਏ ਜੀ ਅਤੇ ਪੰਜਵੇਂ ਗੁਰੂ ਤੇਗ ਬਹਾਦਰ ਸਾਹਿਬ। ਪੰਜ ਪੁੱਤਰ ਸਨ ਗੁਰੂ ਛੇਵੇਂ ਪਾਤਸ਼ਾਹ ਦੇ। ਦੂਜੇ ਨੰਬਰ ਦੇ ਪੁੱਤਰ ਸਨ ਬਾਬਾ ਸੂਰਜ ਮੱਲ, ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਸਨ। ਉਹਨਾਂ ਦੇ ਪੋਤਰੇ ਬਾਬੇ ਸੂਰਜ ਮੱਲ ਦੇ ਪੋਤਰੇ ਸਨ ਗੁਲਾਬ ਰਾਏ, ਸ਼ਿਆਮ ਦਾਸ, ਬਾਅਦ ਵਿੱਚ ਅਮਰ ਸ਼ਾਹ ਕੇ ਗੁਲਾਬ ਸਿੰਘ ਅਤੇ ਸ਼ਾਮ ਸਿੰਘ ਬਣ ਗਏ ਸਨ। ਗੁਰੂ ਗੋਬਿੰਦ ਸਿੰਘ ਦੇ ਭਤੀਜੇ ਲੱਗਦੇ ਸੀ, ਤਾਏ ਦੇ ਪੋਤਰੇ ਭਤੀਜੇ ਲੱਗਦੇ, ਉਹ ਮਹਾਰਾਜ ਦੇ ਹਾਣੀ ਸਨ, ਸਾਲ ਦੋ ਸਾਲ ਵੱਡੇ ਛੋਟੇ ਸਨ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸੰਤਾਨ ਬਹੁਤ ਲੇਟ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਘਰ ਇੱਕੋ ਹੀ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ 1666 ਵਿੱਚ ਅਵਤਾਰ ਧਾਰਿਆ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ 45 ਸਾਲ ਹੋ ਚੁੱਕੀ ਸੀ ਅਤੇ ਮਹਾਰਾਜ ਦੇ ਵੱਡੇ ਭਰਾ ਦੇ ਬੱਚੇ ਜਿਹੜੇ ਸਨ ਉਹ ਬਹੁਤ ਪਹਿਲਾਂ ਹੀ ਹੋ ਚੁੱਕੇ ਸਨ। ਇਸ ਕਰਕੇ ਗੁਰੂ ਸਾਹਿਬ ਦੇ ਭਤੀਜੇ ਜਿਹੜੇ ਸਨ, ਗੁਰੂ ਗੋਬਿੰਦ ਸਿੰਘ ਦੇ ਭਤੀਜੇ ਗੁਰੂ ਗੋਬਿੰਦ ਸਿੰਘ ਜੀ ਦੇ ਹਾਣੀ ਸਨ, ਇੱਕ ਦਾ ਨਾਮ ਸੀ ਗੁਲਾਬ ਰਾਏ, ਇੱਕ ਦਾ ਨਾਮ ਸੀ ਸ਼ਾਮ ਦਾਸ। ਮਹਾਰਾਜ ਦਸਵੇਂ ਪਾਤਸ਼ਾਹ ਦੇ ਨਾਲ ਖੇਡੇ, ਪਿਆਰ ਕਰਦੇ ਅਤੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਨਾ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਲਾਬ ਰਾਏ ਅਤੇ ਸ਼ਾਮ ਦਾਸ ਨੂੰ ਹੁਕਮ, ਸ਼ਾਮ ਸਿੰਘ ਨੂੰ ਹੁਕਮਨਾਮਾ ਦਿੱਤਾ, ਗੁਲਾਬ ਸਿੰਘ ਨੂੰ ਅਤੇ ਸ਼ਾਮ ਸਿੰਘ ਨੂੰ ਹੁਕਮਨਾਮਾ ਦੇ ਕੇ ਕਿਹਾ ਵੀ ਨਾਂਹ ਦੇ ਰਾਜੇ ਕੋਲ ਚਲੇ ਜਾਓ, ਬੇਦਨੀ ਪ੍ਰਕਾਸ਼ ਕੋਲ, ਉਹਨੂੰ ਸਾਡਾ ਹੁਕਮ ਦੇ ਦਿਆ ਜੀ, ਉਹ ਤੁਹਾਨੂੰ ਜਗੀਰ ਦੇ ਦੇਵੇਗਾ। ਉੱਥੇ ਰਿਹਾ ਜੇ, ਆਪਣੇ ਪੁੱਤਰ ਜੰਗ 'ਚ ਸ਼ਹੀਦ ਕਰਵਾ ਤੇ, ਆਪਣੇ ਪੁੱਤਰਾਂ ਵਾਸਤੇ ਨਹੀਂ ਸੋਚਿਆ, ਪਰ ਗੁਰੂ ਸਾਹਿਬ ਨੇ ਆਪਣੇ ਤਾਏ ਦੇ ਪੋਤਿਆਂ ਨੂੰ ਇਹ ਨਾ ਕਹਿਣ ਵੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਵੀ ਪਰਵਾ ਦਿੱਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਗੁਰੂ ਸਾਹਿਬ ਦੇ ਨਾਲ ਆ ਰਲੇ ਨੇ, ਬੇਦੀਨ ਬੰਸ ਸਦੇ ਅਨੰਦ
ਸਯੰਦਨ ਸੁਧਾਰ। ਗੁਰੂ ਨਾਨਕ ਦੇਵ ਜੀ ਦਾ ਬੇਦੀ ਵੰਸ਼ ਹੈ, ਉਹ ਡੇਰਾ ਬਾਬਾ ਨਾਨਕ ਤੋਂ ਚੱਲ ਕੇ ਆਏ ਨੇ। ਗੁਰੂ ਗੋਬਿੰਦ ਸਿੰਘ ਦੀ ਬਰਾਤ ਵਿੱਚ ਸ਼ਾਮਿਲ ਹੋਣ ਲਈ ਰੱਥਾਂ 'ਤੇ ਬੈਠੇ ਨੇ ਬੇਦੀ ਸਾਹਿਬ ਜਾ ਤੇ ਬਾਬਾ ਕਲਾਧਾਰੀ ਜੀ ਤੇ ਹਣ ਸਮੂਹ ਤੇ ਆਨੰਦ ਧਾਰ। ਏਦਾਂ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਰਿਵਾਰ ਹੈ ਤ੍ਰੇਣ ਵੰਸ਼, ਉਹ ਖਡੂਰ ਸਾਹਿਬ ਤੋਂ ਆਏ ਨੇ। ਉਹ ਵੀ ਆਪਣੇ ਆਪਣੇ ਰੱਥਾਂ 'ਤੇ ਸਵਾਰ ਹੋ ਗਏ ਨੇ, ਬਰਾਤੀ ਬਣ ਗਏ ਨੇ। ਭੱਲੇ ਚੜੇ ਸਜ ਜਾਨ ਸੋਹੇ। ਸ੍ਰੀ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਵੈ। ਗੁਰੂ ਅਮਰਦਾਸ ਜੀ ਦਾ ਵੰਸ਼ ਹੈ ਭੱਲਾ। ਭੱਲੇ ਆਏ ਨੇ ਗੋਇੰਦਵਾਲ ਤੋਂ, ਭੱਲਿਆਂ ਨੇ ਆਪਣੇ ਰੱਥ ਆਪਣੇ ਗੱਡੇ ਸਵਾਰੇ ਨੇ। ਉਹ ਵੀ ਇਸ ਬਰਾਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਦੀ ਬਰਾਤ ਵਿੱਚ ਸ਼ਾਮਿਲ ਹੋਏ ਨੇ। ਰੱਥ ਪਹਿਲ ਮਹੁਰ ਕੈ ਹਯਾ ਅਰੋਹੇ। ਕੋਈ ਰੱਥਾਂ 'ਤੇ, ਕੋਈ ਗੜਬੈਲਾਂ 'ਤੇ, ਕੋਈ ਘੋੜਿਆਂ 'ਤੇ। ਬਜ਼ੁਰਗ ਲੋਕ ਰੱਥਾਂ 'ਤੇ ਬੈਠ ਜਾਂਦੇ ਸੀ ਅਤੇ ਗੱਭਰੂ ਘੋੜਿਆਂ 'ਤੇ ਸਵਾਰ ਹੋ ਜਾਂਦੇ ਸੀ। ਆਪਣੇ ਆਪਣੇ ਘੋੜਿਆਂ 'ਤੇ, ਰੱਥਾਂ 'ਤੇ, ਗੜਬੈਲਾਂ 'ਤੇ ਸਾਰੇ ਬਰਾਤੀ ਸੱਜ ਗਏ ਨੇ। ਦੇਸ਼ਨ ਵਿਦੇਸ਼ ਬ੍ਰਿੰਦੈ ਮਸੰਦ। ਔਰ ਜਿਹੜੇ ਹੋਰ ਗੁਰੂ ਘਰ ਦੇ ਮਸੰਦ ਨੇ, ਦੇਸਾਂ ਤੋਂ ਪ੍ਰਦੇਸਾਂ ਤੋਂ ਆਏ ਹੋਏ, ਜਿਨ੍ਹਾਂ ਨੂੰ ਮਹਾਰਾਜ ਨੇ ਮੰਜੀਆਂ ਦਿੱਤੀਆਂ, ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਦਿੱਤੀਆਂ। ਸ੍ਰੀ ਗੁਰੂ ਰਾਮਦਾਸ ਦੇ ਸਮੇਂ ਉਹ 52 ਹੋ ਗਈਆਂ। ਫਿਰ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਬਖਸ਼ਾਂ ਕਰਦੇ ਰਹੇ ਗਾਂ ਦੀ ਗਾਂ, ਉਹ ਮਸੰਦ ਉਹ ਹਿੰਦੁਸਤਾਨ ਦੇ ਵੱਖਰੇ ਵੱਖਰੇ ਸ਼ਹਿਰਾਂ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸੀ। ਮਸੰਦ ਦਾ ਮਤਲਬ ਸੀ ਜਿਹੜਾ ਮਸ਼ਨਦ ਉੱਤੇ ਸਵਾਰ ਹੋਵੇ। ਮਸ਼ਨਦ ਕਹਿੰਦੇ ਨੇ ਗੱਦੀ ਨੂੰ, ਮੰਜੀ ਨੂੰ, ਜਿਹੜਾ ਮੰਜੀ 'ਤੇ ਬਹਿ ਕੇ ਗੁਰਬਾਣੀ ਦੀ ਕਥਾ ਕਰੇ। ਇਲਾਕੇ ਦੇ ਲੋਕ ਉਹਨੂੰ ਗੁਰੂ ਦਾ ਪ੍ਰਤੀਨਿਧ ਮੰਨਦੇ ਸੀ, ਗੁਰੂ ਦਾ ਮਸੰਦ ਕਹਿੰਦੇ ਸੀ, ਉਹਦੀ ਆਗਿਆ ਮੰਨਦੇ ਸੀ। ਉਹ ਜੋ ਕਹਿ ਦਿੰਦਾ ਸੀ ਉਹਦੇ 'ਤੇ ਹੁਕਮ ਦੇ ਫੁੱਲ ਚੜਾਉਂਦੇ ਸੀ। ਉਹਨਾਂ ਵਿੱਚ ਚੰਗੇ ਵੀ ਸੀ, ਬਾਅਦ ਵਿੱਚ ਕਈ ਕਰਪਟ ਵੀ ਹੋ ਗਏ। ਜਦੋਂ ਕਰਪਟ ਹੋ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮੇ ਜਾਰੀ ਕੀਤੇ ਵੀ ਮਸੰਦਾਂ ਨੂੰ ਨਹੀਂ ਮੰਨਣਾ। ਪਰ ਜਦੋਂ ਮਹਾਰਾਜ ਦਾ ਵਿਆਹ ਸੀ ਉਦੋਂ ਤਾਂ ਮਸੰਦ ਅਜੇ ਗੁਰੂ ਘਰ ਦੇ ਵਿੱਚ ਹੀ ਸਨ। ਤੋ ਮਸੰਦ ਸਾਰੇ ਆਏ ਨੇ ਦੇਸਾਂ ਤੋਂ ਪ੍ਰਦੇਸਾਂ ਤੋਂ। ਸੋਹਣੇ ਕੱਪੜੇ ਗਹਿਣੇ ਪਹਿਨੇ ਹੋਏ ਨੇ। ਇਹਨਾਂ ਸਾਰਿਆਂ ਮਸੰਦਾਂ ਵਿੱਚੋਂ ਸਤਿਕਾਰਯੋਗ ਸਭ ਤੋਂ ਵੱਡੇ ਗੁਰੂ ਘਰ ਦੇ ਮੁਖੀਏ ਮਸੰਦ ਹਨ ਭਾਈ ਸਾਹਿਬ ਭਾਈ ਰਾਮ ਕੌਰ ਸਾਹਿਬ। ਰਾਮ ਕੌਰ ਇਹ ਕੌਣ ਨੇ? ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼, ਬਾਬਾ ਬੁੱਢਾ ਜੀ ਦੀ ਗੱਦੀ, ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ, ਭਾਨਾ ਜੀ ਦੇ ਪੁੱਤਰ ਭਾਈ ਸਰਵਣ ਜੀ, ਉਹਨਾਂ ਦੇ ਪੁੱਤਰ ਜਲਾਲ ਜੀ, ਭਾਈ ਝੰਡਾ ਜੀ, ਝੰਡਾ ਜੀ ਅਤੇ ਗਾਂ ਗੁਰਦਿੱਤਾ ਜੀ, ਗਾਂ ਫਿਰ ਚੱਲ ਕੇ ਭਾਈ ਰਾਮ ਕੋਇਰ ਜੀ। ਇਹ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਤੁਰੀ ਅਵਸਥਾ 'ਚ ਰਹਿੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦਾ ਟਿੱਕਾ ਤਿਲਕ ਇਹਨਾਂ ਨੇ ਹੀ ਲਾਇਆ ਸੀ। ਮਹਾਰਾਜ ਦੇ ਸੀਸ 'ਤੇ ਕਲਗੀ, ਢਾਲ, ਤਲਵਾਰ, ਘੋੜਾ ਇਹਨਾਂ ਨੇ ਭੇਟਾ ਕੀਤਾ ਸੀ। ਬਹੁਤ ਕੀਮਤੀ ਸ਼ਿਕਾਰੀ ਬਾਜ ਇਹਨਾਂ ਨੇ ਭੇਟਾ ਕੀਤਾ ਸੀ। ਅੱਜ ਗੁਰੂ ਗੋਬਿੰਦ ਸਿੰਘ ਦੀ ਬਰਾਤ ਵਿੱਚ ਜਿੱਥੇ ਸਾਰੇ ਦੇਸਾਂ ਪ੍ਰਦੇਸਾਂ ਦੇ ਮਸੰਦ ਸ਼ਾਮਿਲ ਹੋਏ ਨੇ, ਸਭ ਤੋਂ ਮੁਖੀ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਜੀ, ਉਹਨਾਂ ਦੀ ਅੰਸ਼ ਬੰਸ਼ ਭਾਈ ਰਾਮ ਕੋਇਰ ਜੀ ਹਨ। ਬਾਬੇ ਬੁੱਢੇ ਜੀ ਦੀ ਵੰਸ਼ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰ ਦਿੱਤਾ, ਕਹਿਣ ਲੱਗੇ ਤੇਰੇ ਤੋਂ ਓਹਲੇ ਨਹੀਂ ਹੋਵਾਂਗੇ, ਭਾਵ ਜਿੱਥੇ ਵੀ ਅਸੀਂ ਹੋਵਾਂਗੇ ਤੂੰ ਸਾਨੂੰ ਪਛਾਣ ਲਵੇਂਗਾ, ਤੂੰ ਗੁਰੂ ਘਰ ਦਾ ਵਜ਼ੀਰ ਹੈ। ਜਿਵੇਂ ਰਾਜਿਆਂ ਮਹਾਰਾਜਿਆਂ ਦੇ ਖਾਨਦਾਨੀ ਵਜ਼ੀਰ ਹੁੰਦੇ ਨੇ, ਜੇ ਰਾਜੇ ਦਾ ਪੁੱਤਰ ਰਾਜਾ ਬਣਦਾ ਸੀ ਤੇ ਵਜ਼ੀਰ ਦਾ ਪੁੱਤਰ ਵਜ਼ੀਰ ਬਣਦਾ ਸੀ। ਇੱਦਾਂ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਢੀ ਕੁੱਲ ਅੱਗੇ ਚੱਲੀ ਆਈ ਹੈ, ਬਾਬਾ ਬੁੱਢਾ ਸਾਹਿਬ ਦੀ ਕੁੱਲ ਵੀ ਉਵੇਂ ਚੱਲੀ ਆਈ ਹੈ ਗੁਰੂ ਘਰ ਦੇ ਵਿੱਚ। ਹਾਂਜੀ, ਕਹਿੰਦੇ ਕਿਹੜੇ ਕਿਹੜੇ ਦੀ ਗਿਣਤੀ ਕਰੀਏ, ਇਸ ਬਰਾਤ ਵਿੱਚ ਬੜੇ ਬੜੇ ਬ੍ਰਹਮ ਗਿਆਨੀ ਮਹਾਤਮਾ ਚੜੇ ਨੇ। ਬੜ ਭਇਓ ਸ਼ਬਦ ਸਭ ਪੰਥ ਜਾਤ। ਕਹਿੰਦੇ ਇਹ ਗੁਰੂ ਕੇ ਲਾਹੌਰ ਨੂੰ ਬਰਾਤ ਤੁਰੀ ਜਾ ਰਹੀ ਹੈ ਤੇ ਘੋੜਿਆਂ ਦੀਆਂ ਹਿਣਕਨਾਰਾਂ ਸੁਣਾਈ ਦਿੰਦੀਆਂ ਨੇ, ਗੜਬੈਲਾਂ ਦੀਆਂ ਬਲਦਾਂ ਦੇ ਗਲ ਵਿੱਚ ਪਾਈਆਂ ਹੋਈਆਂ ਟੱਲੀਆਂ ਸੁਣਾਈ ਦਿੰਦੀਆਂ ਨੇ,
ਪੈਰਾਂ 'ਚ ਪਾਏ ਘੁੰਗਰੂਆਂ ਦੀ ਛਣਕਾਰ ਸੁਣਾਈ ਦਿੰਦੀ ਹੈ, ਵੱਜ ਰਹੇ ਵਾਜਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਾਂਜੀ, ਛੁੱਟੇ ਨਿਸ਼ਾਨ ਫਰਲੇ ਮਹਾਨ, ਨਿਸ਼ਾਨਾਂ ਦੇ ਫਰਲੇ ਖੋਲ ਦਿੱਤੇ ਨੇ ਨਿਸ਼ਾਨਚੀਆਂ ਨੇ, ਦੂਰੋਂ ਰੰਗ ਰੰਗ ਦੇ ਝੰਡੇ ਝੂਲਦੇ ਆ ਰਹੇ ਨੇ, ਬਰਨ ਬਰਨ ਕੇ ਸ਼ੋਭਵਾਨ, ਰੰਗ ਰੰਗ ਦੇ ਨਿਸ਼ਾਨ ਝੂਲਦੇ ਨੇ, ਖੁਸ਼ੀ ਦੇ ਪ੍ਰਤੀਕ ਹਨ ਉਹ ਨਿਸ਼ਾਨ। ਪਸ਼ਚਾਤ ਤਿਨਹੂੰ ਵਾਜੇ ਬਜੰਤ, ਉਹਨਾਂ ਦੇ ਪਿੱਛੇ ਬਹੁਤ ਵਾਜੇ ਵਾਜੇ, ਸਭ ਤੋਂ ਅੱਗੇ ਨਿਸ਼ਾਨ ਹਨ, ਉਸ ਤੋਂ ਪਿੱਛੇ ਵਾਜੇ ਵੱਜਦੇ ਹਨ। ਬੜ ਕਰਤ ਕੁਲਾਹਲ ਪੱਗ ਚਲੰਤ, ਜਦੋਂ ਘੋੜੇ ਤੁਰਦੇ ਨੇ ਤੇ ਬੜਾ ਕੁਲਾਹਲ ਮਚਦਾ ਹੈ। ਦੂਲੋ ਸੁਹਾਏ ਤਿਨਕੇ ਪਿਛਾਰ, ਉਹਨਾਂ ਤੋਂ ਪਿੱਛੇ ਲਾੜੇ ਬਣ ਕੇ ਸਿਹਰੇ ਬੰਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾ ਰਹੇ ਨੇ ਘੋੜੀ ਤੇ ਬੈਠੇ ਹੋਏ। ਸਿਰ ਛਤਰ ਚਮਰ ਢੁਰ ਬਾਰ ਬਾਰ, ਸਿਰ ਦੇ ਉੱਤੇ ਛਤਰ ਹੈ ਤੇ ਚੌਰ ਬਰਦਾਰ ਚੌਰ ਵੀ ਝੁਲਾਉਂਦੇ ਜਾ ਰਹੇ ਨੇ। ਰਸਤੇ ਵਿੱਚ ਇਸਤਰੀਆਂ ਪੁਰਸ਼ ਵੱਡੇ ਛੋਟੇ ਹਿੰਦੂ ਮੁਸਲਮਾਨ ਗਰੀਬ ਅਮੀਰ ਖਲੋ ਖਲੋ ਕੇ ਵੇਖਦੇ ਨੇ ਬਰਾਤ ਨੂੰ। ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨ ਰੰਗੀ ਸੋਭਾ, ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਪ੍ਰਿਆ ਕੀ ਸੋਭ ਸੁਹਾਵਨੀ ਨੀਕੀ, ਹਾ ਹਾ ਹੂ ਹੂ ਗੰਧਰਵਿਆ ਪਸਰਾ ਅਨੰਦ ਮੰਗਲ ਧੁਨ ਗਾਵਨੀ ਨੀਕੀ। ਕੈਸਾ ਆਨੰਦ ਬਣਿਆ ਹੈ, ਆਨੰਦ ਦਾ ਵਾਜਾ ਨਿਤ ਵਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾ ਦੀ, ਭਉ ਪਿਆ ਭਵਿਖਣੇ ਨੂੰ ਲੰਕਾ ਗੜ ਵਸਣੇ ਦਾ, ਫੇਰ ਅਸਵਾਰੀ ਆਵਦੀ ਏ ਮਾਂ ਬਾਹ ਦੀ। ਇਹ 52 ਕਵੀਆਂ ਵਿੱਚੋਂ ਗੁਰੂ ਸਾਹਿਬ ਦੇ ਹਜ਼ੂਰੀ ਕਵੀ ਨੇ ਛੰਦ ਲਿਖਿਆ। ਉਹ ਕਹਿੰਦੇ ਆਨੰਦ ਦਾ ਵਾਜਾ ਨਿਤ ਵਜਦਾ ਆਨੰਦਪੁਰ, ਆਨੰਦਪੁਰ ਤੇ ਨਿਤ ਆਨੰਦ ਦੇ ਵਾਜੇ ਵੱਜਦੇ ਨੇ। ਐਸਾ ਵਾਜਾ ਵੱਜਿਆ ਹੈ ਬਰਾਤ ਦੇ ਵਿੱਚ ਕਿ ਦੇਵਤੇ ਵੀ ਆਕਾਸ਼ ਵਿੱਚ ਦੇਖਣ ਆਏ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਹੈ, ਉਹਨਾਂ ਦੀ ਬਰਾਤ ਜਾ ਰਹੀ ਹੈ। ਪ੍ਰਸੰਨ ਹੋ ਕੇ ਦਰਸ਼ਨ ਕਰਦੇ ਨੇ, ਦਰਸ਼ਨ ਕਰਕੇ ਪ੍ਰਸੰਨ ਹੁੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਚ ਖੁਸ਼ੀ ਹੁੰਦੀ ਵੀ ਚਲੋ ਦੇਖੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਰਾਤ ਜਾ ਰਹੀ। ਜਦੋਂ ਖੁਸ਼ੀ ਨਾਲ ਵੇਖਣ ਆਉਂਦੇ ਨੇ, ਵੇਖ ਕੇ ਹੋਰ ਖੁਸ਼ੀ ਦੁੱਗਣੀ ਚੌਗਣੀ ਹੋ ਜਾਂਦੀ ਹੈ। ਸ੍ਰੀ ਗੁਜਰੀ ਸਹਿਤ ਸਮੂਹ ਤ੍ਰਿਯ, ਮਾਤਾ ਗੁਜਰੀ, ਮਾਤਾ ਨਾਨਕੀ ਤੇ ਜਿੰਨੀਆਂ ਦੀ ਬੀਬੀਆਂ ਹਨ, ਕਰ ਵਿਦਾ ਬਰਾਤ ਆਨੰਦ ਹੀ, ਬਰਾਤ ਨੂੰ ਵਿਦਾ ਕਰਕੇ ਖੁਸ਼ੀ ਦੇ ਗੀਤ ਗਾਉਂਦੀਆਂ ਹੋਈਆਂ। ਗਮਨੀ ਨਿਕੇਤ ਗਾਵੰਤ ਗੀਤ, ਖੁਸ਼ੀ ਦੇ ਗੀਤ ਗਾਉਂਦੀਆਂ ਵਾਪਸ ਪਰਤ ਆਈਆਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਬੀਬੀਆਂ ਦੇ ਬਰਾਤ ਜਾਣ ਦਾ ਰਿਵਾਜ ਸਾਡੇ ਵੇਖਦਿਆਂ ਪਿਆ ਜੇ। ਮੇਰਾ ਖਿਆਲ ਹੈ ਇੱਥੇ 70-80 ਸਾਲ ਦਾ ਕੋਈ ਬਜ਼ੁਰਗ ਬੈਠਾ ਹੋਵੇ, ਉਹਨੂੰ ਪੁੱਛ ਲਓ, ਉਹ ਦੱਸ ਦੇਗਾ ਵੀ 1980 ਤੋਂ ਪਹਿਲਾਂ ਅਸੀਂ ਨਹੀਂ ਵੇਖਿਆ ਹੋਣਾ ਕੋਈ ਮਾਈਆਂ ਬਰਾਤ ਜਾਂਦੀਆਂ। ਇਹ ਹੁਣ ਰਿਵਾਜ ਪੈ ਗਿਆ। ਅਤੇ ਚਲੋ ਕਾਰਨ ਕੁਛ ਵੀ ਹੋਵੇ, ਸਮੇਂ ਦੇ ਨਾਲ ਬਹੁਤ ਕੁਝ ਬਦਲ ਜਾਂਦਾ, ਕਿਸੇ ਨੂੰ ਚੰਗਾ ਮਾੜਾ ਕਹਿਣਾ ਸਾਡਾ ਭਾਵ ਨਹੀਂ ਹੈ, ਪਰ ਮੈਂ ਪੁਰਾਣਾ ਕਲਚਰ ਦੱਸ ਰਿਹਾ। ਪੁਰਾਣਾ ਕਲਚਰ ਇੱਦਾਂ ਦਾ ਸੀ, ਉਹ ਇਹ ਸੀ ਵੀ ਬੀਬੀਆਂ ਗੀਤ ਗਾਉਂਦੀਆਂ ਬਰਾਤ ਨੂੰ ਤੋਰ ਕੇ ਵਾਪਸ ਆ ਜਾਂਦੀਆਂ ਸੀ। ਬਰਾਤ ਵਾਪਸ ਬਰਾਤ ਚਲੀ ਗਈ, ਬੀਬੀਆਂ ਵਾਪਸ ਗੁਰੂ ਕੇ ਮਹਿਲਾਂ ਵਿੱਚ ਆ ਗਈਆਂ ਨੇ। ਸੁਤ ਕੋ ਪ੍ਰਭਾਵ ਬੜ ਜਾਣ, ਧੰਨ ਮਾਤਾ ਗੁਜਰੀ ਆਪਣੇ ਪੁੱਤਰ ਦਾ ਪ੍ਰਭਾਵ ਦੇਖ ਰਹੀ ਹੈ, ਉਹ ਮਹਿਸੂਸ ਕਰ ਰਹੀ ਹੈ ਕਿ ਮੇਰਾ ਪੁੱਤਰ ਕੋਈ ਆਮ ਪੁੱਤਰ ਨਹੀਂ ਹੈ, ਮੇਰਾ ਪੁੱਤਰ ਅਵਤਾਰੀ ਪੁੱਤਰ ਹੈ, ਮੇਰੇ ਪੁੱਤਰ ਗੁਰੂ ਨਾਨਕ ਦੀ ਜੋਤ ਹੈ, ਮੇਰਾ ਪੁੱਤਰ ਉਹ ਬਚਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਮਾਤਾ ਨਾਨਕੀ ਨੂੰ ਕਹੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ, ਗੁਰੂ ਗੋਬਿੰਦ ਸਿੰਘ ਦੀ ਦਾਦੀ ਮਾਤਾ ਨਾਨਕੀ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਮਿੱਠਾ ਜਿਹਾ ਉਲਾਂਭਾ ਦੇ ਬੈਠੀ ਹੈ, ਨਿਹੋਰਾ ਕੀਤਾ। ਕੀ ਕਿਹਾ? ਪ੍ਰਸ਼ਾਦਾ ਛਕ ਰਹੇ ਨੇ ਛੇਵੇਂ ਪਾਤਸ਼ਾਹ ਜੀ, ਮਾਤਾ ਨਾਨਕੀ ਕੋਲ ਬਹਿ ਕੇ ਪ੍ਰਸ਼ਾਦਾ ਛਕਾ ਰਹੇ। ਕੀਰਤਪੁਰ ਸਾਹਿਬ ਦਾ ਇਹ ਵਚਨ ਹੈ। ਕਹਿਣ ਲੱਗੀ ਸਤਿਗੁਰੂ ਜੀ ਬੇਨਤੀ ਕਰਨੀ ਹੈ। ਮਹਾਰਾਜ ਕਹਿੰਦੇ ਕਰੋ ਨਾਨਕੀ ਜੀ, ਕੀ ਬੇਨਤੀ ਹੈ? ਕਹਿਣ ਲੱਗੀ ਮਹਾਰਾਜ, ਪਿਆਰ ਤਾਂ ਤੁਸੀਂ ਤੇਗ ਬਹਾਦਰ ਨੂੰ ਕਰਦੇ ਹੋ, ਮੇਰੇ ਪੁੱਤਰ ਨੂੰ ਪਿਆਰ ਤਾਂ ਤੁਸੀਂ ਤੇਗ ਬਹਾਦਰ ਨੂੰ ਕਰਦੇ ਹੋ, ਸਤਿਕਾਰ ਵੀ ਤੇਗ ਬਹਾਦਰ ਦਾ ਕਰਦੇ ਹੋ, ਗੱਦੀ ਹਰ ਰਾਏ ਨੂੰ ਦੇ ਰਹੇ ਹੋ ਪੋਤਰੇ ਨੂੰ। ਜਦੋਂ ਪੁੱਤਰ ਮੌਜੂਦ ਹੈ, ਪੁੱਤਰ ਦੇ ਹੁੰਦਿਆਂ ਗੱਦੀ ਪੋਤੇ ਨੂੰ ਦੇ ਰਹੇ ਹੋ, ਇਹਦਾ ਕੀ ਕਾਰਨ ਹੈ?
ਮੇਰੇ ਪੁੱਤਰ ਨੂੰ ਤੇਗ ਬਹਾਦਰ ਨੂੰ ਗੁਰੂ ਕਿਉਂ ਨਹੀਂ ਬਣਾਇਆ? ਇਹ ਵੀ ਤਾਂ ਤੁਹਾਡਾ ਪੁੱਤਰ ਹੈ, ਇਹ ਤੁਹਾਡਾ ਆਗਿਆਕਾਰੀ ਹੈ। ਮੇਰਾ ਤੇਗ ਬਹਾਦਰ ਭਗਤ ਹੈ, ਸਾਧੂ ਬਿਰਤੀ ਦਾ ਹੈ, ਭੋਲਾ ਸੁਭਾਅ ਹੈ, ਦੁਨਿਆਵੀ ਵੱਲ ਛਲ ਹੇਰਾ ਫੇਰੀ ਨਹੀਂ ਜਾਣਦਾ। ਇਹਨੂੰ ਤੁਸੀਂ ਵਾਂਝਾ ਕਰਕੇ ਗੱਦੀ ਤੋਂ ਅਤੇ ਗੱਦੀ ਦੇ ਰਹੇ ਹੋ ਪੋਤਰੇ ਨੂੰ। ਗੁਰੂ ਹਰਿਰਾਏ ਸਾਹਿਬ ਨੇ ਪੁੱਤਰ ਹੋਵੇ ਉਹਨੂੰ ਛੱਡ ਕੇ ਪੋਤਰੇ ਨੂੰ ਗੱਦੀ ਦੇਣ ਦੀ ਕੀ ਲੋੜ ਹੈ, ਕੀ ਕਾਰਨ ਹੈ? ਅਤੇ ਗੁਰੂ ਸਾਹਿਬ ਉੱਦਾਂ ਹੱਥ ਧੋ ਕੇ ਨਾ ਪ੍ਰਸ਼ਾਦਾ ਛਕਣ ਤੋਂ ਬਾਅਦ ਰੁਮਾਲ ਦੇ ਨਾਲ ਹੱਥ ਪੂੰਝ ਰਹੇ ਸਨ, ਤੌਲੀਏ ਦੇ ਨਾਲ ਟਾਵਲ ਦੇ ਨਾਲ ਹੱਥ ਪੂੰਝ ਰਹੇ ਸਨ। ਉਹ ਛੋਟਾ ਜਿਹਾ ਜਿਹੜਾ ਹੱਥ ਪੂੰਝਣ ਵਾਲਾ ਰੁਮਾਲ ਸੀ, ਹੱਥ ਪੂੰਝਣ ਤੋਂ ਬਾਅਦ ਮਾਤਾ ਨਾਨਕੀ ਦੀ ਝੋਲੀ 'ਚ ਸਿੱਟ ਦਿੱਤਾ ਅਤੇ ਕਹਿਣ ਲੱਗੇ, ਲੈ ਸਮਾਂ ਆਵੇਗਾ ਤੇਰਾ ਤੇਗ ਬਹਾਦਰ ਵੀ ਗੁਰੂ ਬਣੇਗਾ। ਤੇਰਾ ਪੋਤਰਾ ਮੇਰਾ ਪੋਤਰਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੇਰਾ ਪੋਤਰਾ ਮੇਰਾ ਪੋਤਰਾ ਹੋਵੇਗਾ, ਜਿਹੜੇ ਕੰਮ ਮੈਂ ਸ਼ੁਰੂ ਕੀਤੇ ਉਹ ਪੂਰੇ ਕਰੇਗਾ, ਉਹ ਦੇਖ ਤੇਖ ਦਾ ਧਨੀ ਹੋਵੇਗਾ, ਉਹਦੀ ਤਾਬ ਨਹੀਂ ਕੋਈ ਝੱਲ ਸਕੇਗਾ। ਬੱਬਰ ਸ਼ੇਰ ਦਸ਼ਮੇਸ਼ ਦਾ ਖੌਫ ਮਾਰੇ, ਉਹਦੇ ਨਾਂ ਤੋਂ ਦਿੱਲੀ ਤਖ਼ਤ ਥਰ ਥਰ ਕੰਬਿਆ ਕਰੇਗਾ। ਐਡਾ ਬਲੀ ਯੋਧਾ ਹੋਵੇਗਾ, ਉਹਦਾ ਪ੍ਰਤਾਪ ਸਾਰੇ ਸੰਸਾਰ ਤੇ ਫੈਲ ਜਾਏਗਾ। ਬੋਲੇ ਸੋ ਨਿਹਾਲ ਤੇਰਾ ਪੋਤਰਾ ਬਾਦਸ਼ਾਹ ਦਾ ਬਾਦਸ਼ਾਹ ਹੋਵੇਗਾ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੋਵੇਗਾ, ਉਹਦਾ ਪ੍ਰਤਾਪ ਬਾਦਸ਼ਾਹਾਂ ਤੋਂ ਵੱਧ ਕੇ ਹੋਵੇਗਾ। ਸੋ ਅੱਜ ਉਹ ਪ੍ਰਤਾਪ ਨਜ਼ਰ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਦੀ ਬਰਾਤ ਚੜ੍ਹੀ ਹੈ। ਉਸ ਬਰਾਤ ਦੀ ਸੋਭਾ ਕਹਿੰਦੇ ਰਾਜਿਆਂ ਮਹਾਰਾਜਿਆਂ ਦੀ ਬਰਾਤ ਵੀ ਓਨੀ ਸੋਹਣੀ ਨਹੀਂ ਹੋ ਸਕਦੀ। ਐਸੀ ਸੁੰਦਰ ਬਰਾਤ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਸਤਿਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਹੀਆਂ ਨੇ। ਸ਼ੁਕਰ ਹੈ ਗੁਰੂ ਨਾਨਕ ਤੇਰਾ, ਸ਼ੁਕਰ ਹੈ ਇਹ ਖੁਸ਼ੀਆਂ ਦੀ ਘੜੀ ਸਾਨੂੰ ਵੇਖਣੀ ਨਸੀਬ ਹੋਈ ਹੈ। ਵੱਡੇ ਵੱਡੇ ਨਗਾਰੇ ਧੌਂਸੇ ਵੱਜ ਰਹੇ ਨੇ, ਬੜੇ ਬੜੇ ਸੋਹਣਿਆਂ ਘੋੜਿਆਂ ਤੇ ਰੱਥਾਂ ਦੇ ਸਵਾਰ ਹੋ ਕੇ ਸਾਰੇ ਬਰਾਤੀ ਚੱਲ ਪਏ ਨੇ। ਕੇਤਕ ਸਿਅੰਦਨ ਜਾਤ ਪਲਾਵਤ ਕੇਤਕ ਬਾਜ ਕੁਦਾਏ ਵਿਸਾਲੇ, ਕਈ ਆਪਣੇ ਰੱਥਾਂ ਨੂੰ ਦੌੜਾਈ ਜਾਂਦੇ ਨੇ, ਰੱਥਵਾਨ ਜਿਹੜੇ ਨੇ ਰੱਥਾਂ ਨੂੰ ਦੌੜਾਉਂਦੇ ਨੇ, ਤੇ ਕਈ ਆਪਣੇ ਘੋੜਿਆਂ ਨੂੰ ਕੁਦਾ ਕੁਦਾ ਕੇ ਲਈ ਜਾਂਦੇ ਨੇ। ਕੇਤਕ ਬੈਲਨ ਕੀ ਬਹਿਲੇ ਬਹੁ ਦੌਰਤ ਹੈ ਤਨ ਪਰਾਕ੍ਰਮ ਵਾਲੇ, ਤੇ ਕਈਆਂ ਨੇ ਬਲਦਾਂ ਪਿੱਛੇ ਗੜਬਹਿਲਾਂ ਪਾਈਆਂ ਹੋਈਆਂ ਨੇ, ਬੜੀਆਂ ਦੌੜਦੀਆਂ। ਪੰਜਾਬ ਦੇ ਵਿੱਚ ਕਈ ਵਾਰੀ ਤੁਸੀਂ ਦੇਖਿਆ ਹੋਣਾ ਬਲਦਾਂ ਦੀ ਦੌੜ ਹੁੰਦੀ ਸੀ, ਉਹਨਾਂ ਦੇ ਪਿੱਛੇ ਛੋਟਾ ਜਿਹਾ ਰੇਡੂ ਲਾਇਆ ਹੁੰਦਾ ਸੀ, ਦੋ ਕੁ ਬੰਦੇ ਬਹਿੰਦੇ ਸੀ, ਉਹ ਬਹੁਤ ਤੇਜ਼ ਦੌੜਦੇ ਸਨ। ਗੜਬਹਿਲਾਂ ਏਦਾਂ ਦੀਆਂ ਜਿੱਥੇ ਦੋ ਕੁ ਸਵਾਰੀਆਂ ਬਹਿ ਜਾਣ ਤੇ ਬਲਦਾਂ ਨੂੰ ਸ਼ੌਂਕ ਨਾਲ ਦੌੜਾਉਂਦੇ ਜਾਂਦੇ ਨੇ। ਘੁੰਗਰ ਜੀ ਛਨਕਾਰ ਮਹਾਤੁਨ ਬਾਦਤ ਕੀ ਮਿਲ ਕੇ ਤਿਸ ਨਾਲੇ, ਕਹਿੰਦੇ ਘੁੰਗਰੂਆਂ ਦੀ ਛਨਕਾਰ ਹੋ ਰਹੀ ਹੈ ਤੇ ਵਾਜਿਆਂ ਦੀ ਉਹਨਾਂ ਸੁਰ ਮਿਲ ਰਹੀ ਹੈ। ਕੁਦਰਤ ਨੇ ਐਸਾ ਸੁਰ ਮਿਲਾਇਆ ਵੀ ਕੋਈ ਵੀ ਵਾਜਾ ਬੇਸੁਰਾ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਹੀ ਚੀਜ਼ਾਂ ਸੁਰ ਵਿੱਚ ਆ ਗਈਆਂ ਨੇ, ਮਨ ਵੀ ਜੁੜ ਗਿਆ, ਤਨ ਵੀ ਜੁੜ ਗਿਆ, ਸੁਰਤ ਜੁੜ ਗਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਦੀ ਬਰਾਤ ਜਾ ਰਹੀ ਹੈ। ਗਮਨੀ ਬਰਾਤ ਬੜ ਧੂਮ ਧਾਮ, ਬੜੀ ਧੂਮ ਧਾਮ ਨਾਲ ਬਰਾਤ ਗਈ ਹੈ। ਬੜ ਉੱਠੀ ਧੂੜ ਰਹਿ ਦਿਵਸ ਜਾਮ, ਕਹਿੰਦੇ ਬੜੀ ਧੂੜ ਉੱਠੀ ਹੈ ਤੇ ਇੱਕ ਪਹਿਰ ਦਿਨ ਬਾਕੀ ਰਹਿ ਗਿਆ, ਸ਼ਾਮ ਦੇ 4 ਵੱਜ ਗਏ ਨੇ। ਲਵਪੁਰੀ ਜਾਏ ਪਹੁੰਚੇ ਸੁਪਾਸ, ਲਗਭਗ 25 ਕਿਲੋਮੀਟਰ 30 ਕਿਲੋਮੀਟਰ ਦਾ ਸਫ਼ਰ ਬਣ ਜਾਂਦਾ ਆਨੰਦਪੁਰ ਸਾਹਿਬ ਤੋਂ। ਉਹ ਸਾਰਾ ਤੈਅ ਕਰਕੇ 4 ਵਜੇ ਬਰਾਤ ਜਿਹੜੀ ਹੈ ਉਹ ਗੁਰੂ ਕੇ ਲਾਹੌਰ ਪਹੁੰਚ ਗਈ ਹੈ। ਗੁਰੂ ਕਾ ਲਾਹੌਰ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਤੋਂ 20-25 ਕਿਲੋਮੀਟਰ ਦੂਰ ਪੈਂਦਾ।
ਤੇ ਉੱਥੇ ਬਾਹਰ ਸੱਜੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਰਾਤ ਪਹੁੰਚੀ ਹੈ। ਫਿਰ ਬ੍ਰਿੰਦ ਨਾਲ ਨਰ ਬਿਖਨ ਆਸ, ਅੱਗੇ ਗੁਰੂ ਕੇ ਲਾਹੌਰ ਦੀਆਂ ਬੀਬੀਆਂ ਗੀਤ ਗਾ ਗਾ ਕੇ ਬਰਾਤ ਦਾ ਸਵਾਗਤ ਕਰ ਰਹੀਆਂ। ਉਹ ਜਿਹੜੇ ਲਾਹੌਰ ਦੇ ਸਨ, ਲਾਹੌਰੀ ਸਿੱਖ ਬਾਬਾ ਹਰਜਸ ਦੇ ਮਾਤਾ ਜੀਤੋ ਜੀ ਦੇ ਪੇਕੇ, ਉਹ ਲੜਕੀ ਵਾਲਾ ਪਰਿਵਾਰ, ਰਿਸ਼ਤੇਦਾਰ, ਸੰਗਤਾਂ, ਉਹ ਉੱਥੇ ਹਜ਼ਾਰਾਂ ਦੀ ਤਾਦਾਦ 'ਚ ਇਕੱਠੀਆਂ ਹੋਈਆਂ। ਉਹ ਵੀ ਉੱਥੇ ਵੀ ਬੜਾ ਮੇਲਾ ਭਰਿਆ ਹੋਇਆ, ਦੁਕਾਨਦਾਰਾਂ ਨੇ ਦੁਕਾਨਾਂ ਲਾਈਆਂ ਹੋਈਆਂ ਉੱਥੇ ਬਾਜ਼ਾਰ। ਕੱਲ੍ਹ ਆਪਾਂ ਸੁਣਿਆ ਸੀ ਨਾ ਵੀ ਜਿਹੜੀਆਂ ਦੁਕਾਨਾਂ ਰੋਪੜ ਤੋਂ ਆਈਆਂ ਉਹਨਾਂ ਨੇ ਆਪਣੇ ਬਾਜ਼ਾਰ ਦਾ ਨਾਂ ਰੋਪੜੀ ਬਾਜ਼ਾਰ ਰੱਖਿਆ, ਜਿਹੜੇ ਦੁਕਾਨਦਾਰ ਹੁਸ਼ਿਆਰਪੁਰ ਤੋਂ ਆਏ ਉਹਨਾਂ ਨੇ ਹੁਸ਼ਿਆਰਪੁਰੀ ਬਾਜ਼ਾਰ ਰੱਖਿਆ, ਜਿਹੜੇ ਲਾਹੌਰ ਤੋਂ ਆਏ ਉਹਨਾਂ ਨੇ ਲਾਹੌਰੀ ਬਾਜ਼ਾਰ ਰੱਖਿਆ ਆਪਣੇ ਨਾਂ। ਸ਼ਹਿਰਾਂ ਵਾਲਿਆਂ ਨੇ ਆਪਣੇ ਆਪਣੇ ਬਾਜ਼ਾਰ ਲਾਏ ਨੇ ਤੇ ਆਪਣੇ ਬਾਜ਼ਾਰਾਂ ਦਾ ਨਾਮ ਆਪਣੇ ਸ਼ਹਿਰ ਤੇ ਰੱਖਿਆ ਹੋਇਆ ਹੈ। ਇੱਕ ਦਿਸ਼ਾ ਬਜਤ ਬਾਜੇ ਉਦਾਰ, ਇੱਕ ਪਾਸੇ ਵਾਜੇ ਗਾਜੇ ਵੱਜ ਰਹੇ ਨੇ, ਇੱਕ ਦਿਸ਼ਾ ਗੀਤ ਗਨ ਗਾਏ ਨਾਰ, ਇੱਕ ਪਾਸੇ ਬੀਬੀਆਂ ਗੀਤ ਗਾਉਂਦੀਆਂ ਨੇ, ਸਿੱਠਣੀਆਂ ਪੜ੍ਹਦੀਆਂ ਨੇ। ਸ਼ਣਕਾਰ ਰਥਨ ਮਗ ਅਧਿਕ ਹੋਏ, ਔਰ ਰਥਾਂ ਦੇ ਪੈ ਗੜਬਹਿਲਾਂ ਦੇ ਘੁੰਗਰੂਆਂ ਦੀ ਬੜੀ ਛਣਕਾਰ ਉੱਠਦੀ ਹੈ। ਇੱਕ ਦਿਸ਼ਾ ਕੁਦਾਵਤ ਹੈ ਅਨਕੋਏ, ਇੱਕ ਪਾਸੇ ਗੱਭਰੂ ਘੋੜੇ ਕੁਦਾ ਰਹੇ ਨੇ, ਮਨ ਸ਼ਬਦ ਭਇਓ ਚੱਕਰਨ ਗੰਭੀਰ। ਆ ਰੱਥਾਂ ਦੇ ਜਿਹੜੇ ਪਹੀਏ ਹੁੰਦੇ ਨਾ ਵੀਲ, ਉਹ ਜਦੋਂ ਘੁੰਮਦੇ ਨੇ ਉਹਨਾਂ ਦੀ ਵੀ ਆਵਾਜ਼ ਉਹਦੇ ਨਾਲ ਮਿਲ ਜਾਂਦੀ ਹੈ। ਜਿਵੇਂ ਚੜ੍ਹਿਓ ਗਰਜ ਨਿਰਹਦ ਸੁਨੀਰ, ਕਹਿੰਦੇ ਇੰਜ ਲੱਗਦਾ ਜਿਵੇਂ ਸਾਵਣ ਦੇ ਮਹੀਨੇ ਵਿੱਚ ਕਾਲੇ ਕਾਲੇ ਬੱਦਲ ਸਮੁੰਦਰ ਚੋਂ ਉੱਠ ਕੇ ਅਸਮਾਨ ਨੂੰ ਚੜ੍ਹ ਗਏ ਹੋਣ। ਉਹ ਜਿਹੜੀ ਮਿੱਟੀ ਘੱਟਾ ਉੱਡ ਉੱਡ ਕੇ ਨਾ ਰੱਥਾਂ ਦੇ ਪਹੀਆਂ ਨਾਲ ਅਸਮਾਨ ਨੂੰ ਚੜਿਆ ਹੋਇਆ ਹੈ। ਨਰ ਬ੍ਰਿੰਦ ਕੁਲਾਹਲ ਬਹੁ ਕਰੰਤ, ਬਹੁਤ ਸਾਰੇ ਲੋਕ ਆਪਸ ਵਿੱਚ ਗੱਲਾਂ ਬਾਤਾਂ ਵੀ ਕਰਦੇ ਨੇ ਤੇ ਉਹਨਾਂ ਦੀ ਵੀ ਆਵਾਜ਼ ਵਿੱਚ ਹੀ ਰਲ ਜਾਂਦੀ ਹੈ। ਓਏ ਹਯਨ ਹਰੇ ਖਾਰ ਰਵ ਉਠੰਤ, ਇਹ ਘੋੜਿਆਂ ਦੀ ਹਣਕਾਰ, ਘੋੜੇ ਹਿਣਕਦੇ ਨੇ ਤੇ ਉਹ ਵੀ ਆਵਾਜ਼ ਵਿੱਚ ਸ਼ਾਮਿਲ ਹੋ ਜਾਂਦੀ ਹੈ। ਸੁਤਰਨ ਉਪਰ ਸੁਥਰੀ ਬਜੰਤ, ਤੇ ਊਠਾਂ ਦੇ ਉੱਤੇ ਸੁਥਰੀ ਨਗਾਰੇ ਵਿੱਚ ਰੱਖੇ ਹੋਏ ਨੇ। ਊਂਠ ਦੇ ਚਮੜੇ ਤੋਂ ਬਣਿਆ ਹੋਇਆ ਨਗਾਰਾ ਊਂਠ ਦੇ ਉੱਤੇ ਲੱਦ ਕੇ ਵਜਾਇਆ ਜਾਂਦਾ, ਉਹਨੂੰ ਸ਼ੁਤਰੀ ਕਹਿੰਦੇ। ਵੱਡਾ ਨਗਾਰਾ ਹੁੰਦਾ ਕਿਉਂਕਿ ਵੱਡੇ ਨਗਾਰੇ ਨੂੰ ਚਮੜਾ ਜਿਹੜਾ ਲੱਗਦਾ ਉਹ ਛੋਟੇ ਜਾਨਵਰ ਦਾ ਤਾਂ ਲੱਗਣਾ ਨਹੀਂ, ਊਂਠ ਦਾ ਹੀ ਲੱਗੇਗਾ। ਉਹ ਸ਼ੁਤਰੀ ਨਗਾਰਾ ਰੱਖ ਕੇ ਊਂਠ ਦੇ ਉੱਤੇ, ਉਹਨੂੰ ਕਹਿੰਦੇ ਨੇ ਸ਼ੁਤਰੀ ਨਗਾਰਾ। ਬੜੀ ਦੂਰ ਤੱਕ ਮੀਲਾਂ ਤੱਕ ਆਵਾਜ਼ ਸੁਣਾਈ ਦਿੰਦੀ ਹੈ। ਕੁਛ ਕਹੀ ਬਾਤ ਕਿਸ ਨਹ ਸੁਣੰਤ, ਇੱਕ ਬੰਦਾ ਗੱਲ ਕਰਦਾ ਦੂਜੇ ਦੇ ਕੰਨ 'ਚ ਸੁਣਾਈ ਨਹੀਂ ਦਿੰਦੀ ਕਿਉਂਕਿ ਆਵਾਜ਼ ਹੀ ਵਾਜਿਆਂ ਗਾਜਿਆਂ ਦਾ ਇੰਨਾ ਜ਼ਿਆਦਾ ਹੈ। ਗੁਰਪੁਰੀ ਛੋਟ ਉਤਸਵ ਦਿਸਾ, ਆਖੋ ਸਤਨਾਮ। ਕਹਿੰਦੇ ਗੁਰੂ ਦਾ ਲਾਹੌਰ ਤੇ ਛੋਟਾ ਪੈ ਗਿਆ ਤੇ ਖੁਸ਼ੀਆਂ ਉਹਦੇ ਨਾਲ ਉਹ 10 ਗੁਣਾ ਜ਼ਿਆਦਾ ਹੋ ਗਈ। ਉਤਸਵ ਵਿਸਾ, ਸ਼ਹਿਰ ਛੋਟਾ ਰਹਿ ਗਿਆ ਤੇ ਜਿਹੜੀ ਖੁਸ਼ੀ ਸੀ ਉਹ ਸ਼ਹਿਰ ਤੋਂ ਬਾਹਰ ਨਿਕਲ ਕੇ ਪਸਰ ਗਈ, ਜਿਵੇਂ ਸਮੁੰਦਰ ਦਾ ਪਾਣੀ ਕਈ ਵਾਰੀ ਉਛਾਲਾ ਮਾਰ ਕੇ ਧਰਤੀ ਤੇ ਫੈਲ ਜਾਂਦਾ। ਇੱਦਾਂ ਗੁਰੂ ਕੇ ਪਰਿਵਾਰ ਦੀ ਖੁਸ਼ੀ ਗੁਰੂ ਕੇ ਲਾਹੌਰ ਤੋਂ ਆਲੇ ਦੁਆਲੇ ਪੂਰੇ ਵਾਤਾਵਰਣ ਵਿੱਚ, ਪੂਰੇ ਆਕਾਸ਼ ਵਿੱਚ ਪਸਰ ਗਈ ਹੈ। ਜਨ ਵਿੱਚ ਨਾ ਮੈਂ ਬਾਹਰ ਉਛਾਲ, ਕਹਿੰਦੇ ਮਾਨੋ ਖੁਸ਼ੀ ਨਗਰ ਵਿੱਚ ਬੇਮਦੀ ਨਹੀਂ ਤੇ ਉਛਾਲਾ ਮਾਰ ਕੇ ਬਾਹਰ ਆ ਗਈ ਹੈ। ਗਨ ਆਏ ਜੋ ਮੰਗਤ ਊਚ ਨੀਚ, ਜਿਹੜੇ ਮੰਗਤੇ ਗਰੀਬ ਊਚ ਨੀਚ ਮੰਗਣ ਵਾਸਤੇ ਆਏ ਨੇ, ਸਭ ਰਹਿ ਦਰਬ ਹੋਏ ਊਚ ਨੀਚ। ਉਹ ਸਾਧ ਸੰਗਤ ਜੀ, ਗਰੀਬ ਤੋਂ ਗਰੀਬ ਬੰਦਾ ਵੀ ਆ ਕੇ ਮਹਾਰਾਜ ਤੋਂ ਦਾਨ ਲੈ ਰਿਹਾ। ਮਾਮਾ ਕਿਰਪਾਲ ਚੰਦ ਗੁਰੂ ਕਲਗੀਧਰ ਤੋਂ ਵਾਰ ਵਾਰ ਸੁੱਟੀ ਜਾਂਦਾ ਤੇ ਗਰੀਬਾਂ ਦੀਆਂ ਝੋਲੀਆਂ ਭਰੀ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਦਾਨ ਲੈ ਕੇ ਮੰਗਤੇ ਕਹਿੰਦੇ ਨੇ, ਜੁਗੋ ਜੁਗ ਜੀਓ ਕਲਗੀਆਂ ਵਾਲੇ ਪਾਤਸ਼ਾਹ, ਤੁਹਾਡਾ ਜੁਗਾਂ ਤੱਕ ਰਾਜ ਰਵੇ, ਤੁਸੀਂ ਸਾਨੂੰ ਗਰੀਬਾਂ ਨੂੰ ਰਜਾ ਦਿੱਤਾ। ਐਸੇ ਸੋਹਣੇ ਬਚਨ ਦਸਮ ਪਾਤਸ਼ਾਹ ਦੀ ਬਾਣੀ ਚ ਆਉਂਦੇ ਨੇ, ਰੀਝ ਕੇ ਦਾਨ ਦਿਓ ਜਿਨ ਕੋ ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਕਹਿੰਦੇ ਜਿਹਨੂੰ ਖੁਸ਼ ਹੋ ਕੇ ਦਾਨ ਦਿੱਤਾ ਹੋਵੇ ਅਗਲਾ ਦੁਬਾਰਾ ਮੰਗਣ ਜੋਗਾ ਨਾ ਰਵੇ, ਜੇ ਦੁਬਾਰਾ ਮੰਗੇ ਤੇ ਫਿਰ ਦਾਨ ਕਿਆ ਹੋਇਆ। ਆਖੋ ਸ੍ਰੀ ਵਾਹਿਗੁਰੂ। ਇੱਕੋ ਵਾਰੀ ਨਿਹਾਲ ਕਰ ਦਿੱਤਾ ਦਸਮ ਪਾਤਸ਼ਾਹ ਨੇ, ਸਭ ਜਗਤ ਮਾਹੇ ਇਨ ਸਮ ਨਾ ਕਾਏ। ਮੰਗਤੇ ਕਹਿੰਦੇ ਨੇ ਦਾਨੀ ਬੜੇ ਬੜੇ ਵੇਖੇ ਨੇ ਪਰ ਗੁਰੂ ਕਲਗੀਆਂ ਵਾਲੇ ਵਰਗਾ ਦਾਨੀ ਕੋਈ ਨਹੀਂ ਵੇਖਿਆ।
ਹਰ ਜਸ ਸਸੁਰ ਗੁਰ ਬੁੱਧਵਾਨ। ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦੇ ਸਸੁਰ ਸਹੁਰਾ ਸਾਹਿਬ ਬਾਬਾ ਹਰਜਸ ਸੁਭਿੱਖੀਆ ਜੀ ਬੜੇ ਸਿਆਣੇ ਸਨ, ਬੜੇ ਸਮਝਦਾਰ ਸਨ, ਬੜੇ ਤਜਰਬੇਕਾਰ ਸਨ, ਬੜੇ ਭਾਵਨਾ ਵਾਲੇ, ਸ਼ਰਧਾ ਵਾਲੇ, ਸਮਝੇ ਸੁਲਝੇ ਸਿੱਖ ਸਨ। ਹੁਣ ਉਹਨਾਂ ਦਾ ਫਰਜ਼ ਬਣਦਾ ਸੀ, ਗੁਰੂ ਸਾਹਿਬ ਦੀ ਬਰਾਤ ਆਈ ਹੈ ਤੇ ਉਹਨਾਂ ਨੇ ਲੜਕੀ ਵਾਲਿਆਂ ਨੇ ਸਵਾਗਤ ਕਰਨਾ ਹੁੰਦਾ। ਬਾਬਾ ਹਰਜਸ ਜੀ ਨੇ ਸਾਰਾ ਬੰਦੋਬਸਤ ਕੀਤਾ ਹੈ। ਬਾਬਾ ਹਰਜਸ ਜੀ ਨੇ ਆਪਣੇ ਭਾਈਚਾਰੇ ਨੂੰ ਇਕੱਠਾ ਕੀਤਾ, ਚਾਚੇ ਤਾਏ ਭਰਾ ਸ਼ਰੀਕਾ ਰਿਸ਼ਤੇਦਾਰ ਸਾਰੇ ਇਕੱਠੇ ਹੋ ਕੇ ਸਭ ਲੀਨ ਵਸਤ ਜੋ ਚਾਹਿਓ ਜਾਤ, ਜੋ ਚਾਹੀਦਾ ਸੀ ਸਮਾਨ ਬਰਾਤ ਦਾ ਸਵਾਗਤ ਕਰਨ ਲਈ, ਮਿਲਣੀ ਕਰਨ ਲਈ, ਉਹਨਾਂ ਦੇ ਰਹਿਣ ਸਹਿਣ ਲਈ, ਉਹ ਸਾਰਾ ਲਿਆ ਹੈ। ਖੱਤਰੀਨ ਮੇਰ ਠਾਣਿਓ ਵਿਸਾ, ਸੁਭਿੱਖੀ ਖੱਤਰੀਏ ਲਾਹੌਰ ਤੋਂ ਆਏ ਹੋਏ ਸਾਰੇ ਖੱਤਰੀਆਂ ਨੇ ਬਹੁਤ ਵੱਡਾ ਇਕੱਠ ਕੀਤਾ, ਮੇਲ ਕੀਤਾ। ਵਿਵਹਾਰ ਗਿਆ ਤੇ ਸਿਆਣੇ ਸੰਭਾਲ, ਜਿਹੜੇ ਬਾਬੇ ਹਰਜਸ ਦੇ ਪਰਿਵਾਰ ਵਿੱਚ ਬਜ਼ੁਰਗ ਸਨ, ਸਿਆਣੇ ਚਾਚੇ ਤਾਏ ਵੱਡੇ, ਉਹਨਾਂ ਨੂੰ ਅੱਗੇ ਕੀਤਾ, ਬਾਪੂ ਜੀ, ਚਾਚਾ ਜੀ ਦੱਸੋ, ਮਾਮਾ ਜੀ ਦੱਸੋ, ਨਾਨਾ ਜੀ ਦੱਸੋ, ਬਜ਼ੁਰਗਾਂ ਨੂੰ ਪੁੱਛ ਕੇ, ਕਿਉਂਕਿ ਭਾਵੇਂ ਬੱਚੇ ਜਿੰਨੇ ਮਰਜ਼ੀ ਸਿਆਣੇ ਹੋਣ ਪਰ ਜਿਹੜਾ ਬਜ਼ੁਰਗਾਂ ਦਾ ਤਜਰਬਾ ਹੁੰਦਾ ਉਹ ਬਜ਼ੁਰਗਾਂ ਦਾ ਹੀ ਹੁੰਦਾ। ਅਤੇ ਪੁਰਾਣੇ ਜ਼ਮਾਨੇ 'ਚ ਕਹਿੰਦੇ ਆ ਵੀ ਬਜ਼ੁਰਗਾਂ ਨੂੰ ਬਰਾਤੇ ਜ਼ਰੂਰ ਲੈ ਕੇ ਜਾਂਦੇ ਸੀ, ਅਤੇ ਇੱਕ ਇਹੋ ਜਿਹੇ ਵੀ ਟੱਕਰ ਗਏ ਕੁੜੀ ਵਾਲੇ, ਕਹਿੰਦੇ ਵੀ ਬਰਾਤ ਵਿੱਚ ਬੁੱਢਾ ਨਾ ਕੋਈ ਲੈ ਕੇ ਆਇਆ ਜੇ। ਇਹ ਵੀ ਤੁਸੀਂ ਗੱਲ ਮੇਰੇ ਖਿਆਲ ਲਗਭਗ ਸਾਰਿਆਂ ਨੇ ਸੁਣੀ ਹੋਣੀ ਹੈ, ਕਹਿੰਦੇ ਬਰਾਤ 'ਚ ਬੁੱਢਾ ਨਾ ਕੋਈ ਲੈ ਕੇ ਆਇਆ ਜੇ, ਬਰਾਤ ਸਾਰੇ ਮੁੰਡੇ ਹੀ ਆਉਣੇ ਚਾਹੀਦੇ ਜਵਾਨ। ਉਹ ਫਿਰ ਵਿਚਾਰ ਕੀਤੀ, ਕਹਿਣ ਲੱਗੇ ਜਦੋਂ ਆਪਾਂ ਮੁੰਡੇ ਮੁੰਡੇ ਚੱਲਦੇ ਹਾਂ, ਇੱਕ ਸਿਆਣੇ ਨੇ ਆਖਿਆ ਨਹੀਂ ਇੰਝ ਕਰੋ, ਬਜ਼ੁਰਗ ਇੱਕ ਨਾਲ ਲੈ ਜਾਓ। ਕਹਿੰਦੇ ਉਹਨਾਂ ਨੇ ਆਖਿਆ ਕੁੜੀ ਵਾਲਿਆਂ ਨੇ ਵੀ ਮੁੰਡਾ ਲੈ ਬੁੱਢਾ ਲੈ ਕੇ ਨਹੀਂ ਆਉਣਾ ਕੋਈ। ਉਹ ਕਹਿੰਦੇ ਬਜ਼ੁਰਗ ਕਹਿੰਦਾ ਮੈਨੂੰ ਨਾ ਤੁਸੀਂ ਸੰਦੂਖ ਵਿੱਚ ਪਾ ਲਓ ਅਤੇ ਉਹਦੇ ਵਿੱਚ ਮੋਰੀ ਕਰ ਛੋ, ਮੈਂ ਸਾਹ ਲੈਂਦਾ ਰਹਾਂਗਾ, ਮੈਂ ਵਿੱਚ ਬੈਠਾ ਬਾਹਰ ਨਹੀਂ ਨਿਕਲਾਂਗਾ। ਉਹ ਬੁੱਢੇ ਨੂੰ ਲੁਕਾ ਕੇ ਲੈ ਗਏ ਸੀ। ਇਹ ਪੁਰਾਣੀ ਕਹਾਣੀ ਆ, ਆਮ ਸਮਝਾਉਣ ਵਾਸਤੇ ਸਾਨੂੰ ਬਣਾਈ ਹੋਈ ਹੈ ਜਾਂ ਸੱਚੀ ਹੈ ਤਾਂ ਰੱਬ ਜਾਣੇ, ਪਰ ਸਮਝ ਗਿਆਨ ਦਿੰਦੀ ਹੈ ਕਹਾਣੀ, ਸਾਨੂੰ ਗਿਆਨ ਦਿੰਦੀ ਹੈ ਗਿਆਨ। ਉਹ ਕਹਿੰਦੇ ਵੀ ਜਦੋਂ ਬਜ਼ੁਰਗ ਨੂੰ ਲੈ ਗਏ ਪਰ ਉਹਨਾਂ ਨੂੰ ਪਤਾ ਕੁੜੀ ਵਾਲਿਆਂ ਨੂੰ ਵੀ ਇਹ ਮੁੰਡੇ ਹੀ ਆਏ ਨੇ ਸਾਰੇ, ਕੁੜੀ ਬੁੱਢਾ ਬਜ਼ੁਰਗ ਕੋਈ ਨਹੀਂ ਇਹਨਾਂ ਵਿੱਚ। ਉਹ ਕਹਿੰਦੇ ਵੀ ਲਓ ਵੀ ਸਾਡੀ ਹੁਣ ਦੋ ਸ਼ਰਤਾਂ ਨੇ ਤਾਂ ਅਸੀਂ ਕੁੜੀ ਵਿਆਹ ਕੇ ਦਿਆਂਗੇ, ਸਾਡੀਆਂ ਦੋ ਸ਼ਰਤਾਂ ਪੂਰੀਆਂ ਕਰੋ। ਕਹਿੰਦੇ ਵੀ ਇੱਕ ਤਾਂ 100 ਹੱਥ ਦਾ 100 ਮੱਟੀ ਵਾਲਾ ਕੋਈ ਮੱਝ ਲੈ ਕੇ ਆਓ ਅਤੇ ਇੱਕ 100 ਬੱਕਰਾ ਖਾਓ। ਜਦੋਂ ਇਹ ਗੱਲ ਹੋ ਤਾਂ ਉਹ ਹੁਣ 100 ਬਰਾਤੀ ਸੀ ਮੁੰਡੇ, ਬੰਦੇ 100 ਸੀਗੇ ਸਾਰੇ, ਕਹਿੰਦੇ ਇੱਕ ਬੱਕਰਾ ਕੌਣ ਖਾਵੇ, ਸਮਝ ਨਾ ਆਵੇ। ਕਹਿੰਦੇ ਬਾਪੂ ਨੂੰ ਪੁੱਛੀਏ, ਔਲੇ ਜੀ ਜਾ ਕੇ ਕਹਿੰਦੇ ਬਾਪੂ ਆਹ 2 ਸਵਾਲ ਪਾ ਤੇ ਕਿਵੇਂ ਪੂਰੇ ਕਰੀਏ। ਬਾਪੂ ਕਹਿੰਦਾ ਕੋਈ ਔਖਾ ਨਹੀਂ, 1 ਬੱਕਰਾ ਝਟਕਾ ਲਓ ਉਹਨੂੰ ਖਾ ਲਓ, ਇਹਨੇ ਨੂੰ ਦੂਜਾ ਅਤੇ ਸਾਰੇ ਹੀ ਹੋ ਜਾਏਗਾ। ਅਤੇ ਜਿਹੜਾ 100 ਮੱਟੀ ਵਾਲਾ ਉਹ ਤੁਸੀਂ ਨਦੀ ਦੇ ਕੰਢੇ ਚਲੇ ਜਾਓ, ਉੱਥੇ ਤ੍ਰੇੜਾਂ ਵਾਲਾ ਘਾਹ ਹੁੰਦਾ, ਉਹ ਤੁਸੀਂ ਵੇਖੋ ਪੱਟ ਕੇ 100 ਲਿਆ ਕੇ ਇਹਨਾਂ ਨੂੰ ਦੇ ਦਿਓ, ਉਹ ਵੀ ਪੂਰਾ ਹੋ ਜਾਏਗਾ। ਬਜ਼ੁਰਗਾਂ ਦਾ ਤਜਰਬਾ ਹੁੰਦਾ। ਸੋ ਸਾਧ ਸੰਗਤ ਜੀ, ਜਿਹੜੀ ਕੌਮ ਆਪਣੇ ਬਜ਼ੁਰਗਾਂ ਨੂੰ ਪੁੱਛਦੀ ਨਹੀਂ, ਆਪਣੇ ਬਜ਼ੁਰਗਾਂ ਦੀ ਸਲਾਹ ਨਹੀਂ ਲੈਂਦੀ, ਉਹ ਕੁਰਾਹੇ ਪੈ ਜਾਂਦੀ ਹੈ। ਇਸ ਗੱਲ ਦਾ ਖਿਆਲ ਰੱਖੋ, ਇੱਥੇ ਬਚਨ ਆ ਰਿਹਾ ਵਿਵਹਾਰ ਗਿਆਤ ਸਿਆਣੇ ਸੰਭਾਲ। ਬਜ਼ੁਰਗਾਂ ਸਿਆਣਿਆਂ ਨੂੰ ਵਿਹਾਰ ਦਾ ਗਿਆਨ ਹੁੰਦਾ ਵੀ ਸਾਡੀ ਕੁੱਲ 'ਚ ਕਿੱਦਾਂ ਹੁੰਦਾ ਆਇਆ, ਪਿੱਛੋਂ ਕੀ ਕਰਦੇ ਸੀ, ਉਹਨੂੰ ਦੇਖਿਆ ਹੁੰਦਾ। ਉਹਨਾਂ ਨੂੰ ਪੁੱਛ ਕੇ ਬਾਬਾ ਹਰਜਸ ਜੀ ਗੁਰੂ ਕਲਗੀਧਰ ਪਾਤਸ਼ਾਹ ਦਾ ਸਵਾਗਤ ਕਰਨ ਲੱਗੇ ਹਨ। ਗੁਰਹਿਤ ਅਕੋਰ ਲੇ ਚੀਰ ਚਾਰ, ਸਿਆਣਿਆਂ ਬਜ਼ੁਰਗਾਂ ਨੇ ਦੱਸਿਆ ਵੀ ਸੋਹਣੇ ਸੋਹਣੇ ਕੱਪੜੇ ਚੁੱਕੋ, ਸਾਲਾਂ ਦੇ ਵਿੱਚ ਚੰਗੇਰਾਂ ਵਿੱਚ ਰੱਖੋ, ਸਜ ਰਜਤ ਜੀਨ ਬਾਜੀਨ ਚਾਰ, ਬੜੇ ਸੋਹਣੇ ਘੋੜੇ ਚਾਂਦੀ ਦੀਆਂ ਕਾਠੀਆਂ ਪਾ ਕੇ ਭੇਟਾ ਕਰਨ ਲਈ ਲਿਆਂਦੇ ਹਨ। ਦੋਹਰਾ ਹਾਥੀ ਭਰ ਕਰ ਦਰਬ ਕੇ ਵਸਤ ਅਪਰ ਸੰਭਾਰ, ਕਹਿੰਦੇ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਈਆਂ ਦੀਆਂ ਥੈਲੀਆਂ ਭਰ ਕੇ ਵਿੱਚ ਰੱਖੀਆਂ ਨੇ, ਨਾਲ ਬਸਤਰ ਰੱਖੇ ਨੇ। ਚਲੇ ਹੇਤ ਸਨਮਾਨ ਕੇ
ਗੁਰ ਸ਼ਰਧਾ ਉਰਧਾਰ ਵਿੱਚ ਬੜੇ ਸੋਹਣੇ ਪਦਾਰਥ ਕੀਮਤੀ ਤੋਹਫੇ ਲੈ ਕੇ ਚੰਗੇ ਘੋੜਿਆਂ ਦੇ ਤੇ ਕਾਠੀਆਂ ਪਾ ਕੇ ਗੁਰੂ ਸਾਹਿਬ ਨੂੰ ਭੇਟਾ ਕਰਨ ਲਈ ਬਰਾਤ ਦਾ ਸਵਾਗਤ ਕਰਨ ਲਈ ਚੱਲੇ ਨੇ। ਗੁਰ ਲਵਪੁਰ ਨਰ ਨਾਰ ਔਰ ਹਰ ਖਤ ਚਿਤ ਸਮੁਦਾਇ। ਗੁਰੂ ਕੇ ਲਾਹੌਰ ਦੇ ਵਿੱਚ ਇੱਕ ਤਾਂ ਲਾਹੌਰ ਹੈ ਬੜਾ, ਇੱਕ ਗੁਰੂ ਕਾ ਲਾਹੌਰ ਹੈ। ਕਹਿੰਦੇ ਜਿਹੜੇ ਗੁਰੂ ਦਾ ਲਾਹੌਰ ਹੈ ਨਾ, ਉਹਦੇ ਵਿੱਚ ਹਰ ਇਸਤਰੀ ਪੁਰਸ਼ ਅੱਜ ਬੜੇ ਖੁਸ਼ ਹਨ। ਭਰਤ ਬਰਾਤ ਪਰਤੀ ਖਣਾ ਦੁਲਹੋਂ ਦੇਖਣ ਚਾਏ। ਉਡੀਕ ਕਰ ਰਹੇ ਨੇ ਲਾੜੇ ਨੂੰ ਵੇਖਣ ਦਾ ਲਾਹੌਰ ਨਾ, ਬੀਬੀਆਂ ਦਾ ਬੜਾ ਸ਼ੌਂਕ ਹੈ। ਲਾਹੌਰ ਦੀਆਂ ਬੀਬੀਆਂ ਬੜੇ ਚਾਹ ਨਾਲ ਸ਼ਿੰਗਾਰ ਕਰਕੇ ਸੋਹਣੇ ਕੱਪੜੇ ਪਾ ਕੇ ਸੱਜ ਧੱਜ ਕੇ ਗਹਿਣੇ ਪਾ ਕੇ ਖੜੀਆਂ ਨੇ ਅਟਾਰੀਆਂ ਤੇ ਉੱਪਰ ਪਹਾੜੀਆਂ ਤੇ ਵੀ। ਮਹਾਰਾਜ ਦਸਮ ਪਾਤਸ਼ਾਹ ਦੇ ਦਰਸ਼ਨ ਕਰਾਂਗੀਆਂ। ਸੰਗਤ ਬਹੁਤ ਗ੍ਰਾਮ ਕੀ ਸਗਰੀ ਤਹੀਂ ਉਤਾਰ। ਜਿਹੜੀ ਗੁਰੂ ਮਹਾਰਾਜ ਦੇ ਨਾਲ ਅਨੰਦਪੁਰ ਸਾਹਿਬ ਤੋਂ ਸੰਗਤ ਆਈ ਸੀ ਉਹ ਸਾਰੀ ਉੱਥੇ ਘੋੜਿਆਂ ਤੋਂ ਰੱਥਾਂ ਤੋਂ ਗੱਡਿਆਂ ਤੋਂ ਉਤਰੀ ਹੈ। ਛਰਪਨ ਤੇ ਨਿਕਸੀ ਤਬਹਿ ਧੁਨ ਬਾਜਤ ਸ਼ਰੁੱਤ ਧਾਰ। ਬਾਜਿਆਂ ਦੀ ਆਵਾਜ਼ ਸੁਣ ਕੇ ਉਧਰੋਂ ਗੁਰੂ ਕੇ ਲਾਹੌਰ ਵਾਲੇ ਵੀ ਆਪਣੇ ਆਪਣਿਆਂ ਤੰਬੂਆਂ 'ਚੋਂ ਬਾਹਰ ਨਿਕਲੇ ਨੇ ਅਤੇ ਬੜਾ ਵੱਡਾ ਮੇਲ ਇਕੱਠਾ ਹੋ ਕੇ ਮਿਲਣੀ ਹੋਈ ਹੈ ਅਤੇ ਸ਼ਬਦ ਪੜੇ ਗਏ ਨੇ। ਹਮ ਘਰ ਸਾਜਨ ਆਏ ਸਾਜੇ ਮੇਲ ਮਿਲਾਏ। ਇਹਦਾ ਬਾਣੀ ਪੜ੍ਹਦਿਆਂ ਹੋਇਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਰਾਤ ਦਾ ਸਵਾਗਤ ਕੀਤਾ ਗਿਆ। ਫਿਰ ਮਹਾਰਾਜ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਜਿਮ ਜੀਤ ਕੌਰ ਤਨ ਰੂਰਾ ਤਿਮ ਦੁਲੋ ਬਨ ਗੁਰ ਪੂਰਾ। ਜਿਵੇਂ ਮਾਤਾ ਜੀਤੋ ਜੀ ਸੁੰਦਰ ਸਰੂਪ ਸਨ, ਉੱਦਾਂ ਪੂਰੇ ਸਤਿਗੁਰੂ ਵੀ ਬੜੇ ਸੁੰਦਰ ਸਰੂਪ ਬਰਾਤੀ ਦੂਲੇ ਬਣ ਕੇ ਲਾੜੇ ਬਣ ਕੇ ਪਹੁੰਚੇ। ਕਿਸ ਤਰ੍ਹਾਂ ਗੁਰੂ ਕੇ ਲਾਹੌਰ ਵਿੱਚ ਵਿਆਹ ਹੋਇਆ ਉਹ ਸੱਚੇ ਪਾਤਸ਼ਾਹ ਜੀ ਦੀ ਕਥਾ ਅੱਗੇ ਸਰਵਣ ਕਰਾਂਗੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਮਨ ਵਿੱਚ ਪ੍ਰੇਮਾ ਭਗਤੀ ਦੀ ਜਾਗ ਲੱਗੇ। ਸਾਧ ਸੰਗਤ ਜੀ, ਅੱਜ ਸਾਡਾ ਪੰਥ ਪ੍ਰੇਮਾ ਭਗਤੀ ਵੱਲੋਂ ਵਾਂਝਾ ਹੁੰਦਾ ਜਾ ਰਿਹਾ ਹੈ। ਪੁਰਾਣੇ ਸਿੰਘ ਜਿਹੜੇ ਸਨ ਉਹ ਗੁਰੂ ਦੀਆਂ ਕਥਾ ਸੁਣ ਸੁਣ ਕੇ ਮੰਤਰ ਮੁਗਧ ਹੋ ਜਾਂਦੇ ਸਨ, ਉਹ ਰਸ ਆਉਂਦਾ ਸੀ। ਉਹ ਕਹਿੰਦੇ ਸੁਣਾਈ ਜਾਓ ਜੀ, ਸਾਰੀ ਰਾਤ ਹੀ ਸੁਣਾਈ ਜਾਓ, ਟਾਈਮ ਨਹੀਂ ਸੀ ਦੇਖਦੇ, ਸੁਣੀ ਜਾਂਦੇ। ਸਾਡੇ ਕੋਲ ਮਹਾਤਮਾ ਮਹਾਂਪੁਰਸ਼ ਅਜੇ ਵੀ ਮੌਜੂਦ, ਬਾਬਾ ਤਰਲੋਚਨ ਸਿੰਘ ਜੀ, ਮਹੰਤ ਜੀ ਖਡੂਰ ਸਾਹਿਬ ਵਾਲੇ ਬ੍ਰਹਮ ਗਿਆਨੀ ਮਹਾਤਮਾ, ਮੈਂ ਉਹਨਾਂ ਨੂੰ ਕਹਿੰਦਾ। ਅਵਸਥਾ ਐਸੀ ਮਹਾਂਪੁਰਸ਼ਾਂ ਦੀ, ਜਦੋਂ ਵੀ ਬੈਠਣਗੇ ਨਾ ਕਹਿਣਗੇ ਗਿਆਨੀ ਜੀ ਕਥਾ ਸੁਣਾਓ, ਆਪ ਸਾਰੀ ਕਥਾ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਸਮ ਦੀ ਸਾਰੀ ਵਿੱਦਿਆ ਪੜ੍ਹੇ ਨੇ, ਵਿਦਵਾਨ ਨੇ ਮਹਾਂਪੁਰਸ਼, ਗਿਆਨੀ ਜੀ ਕਥਾ ਸੁਣਾਓ। ਮੈਂ ਕਹਿੰਦਾ ਮਹਾਰਾਜ ਤੁਸੀਂ ਸੁਣਾਓ। ਕਹਿੰਦੇ ਚੰਗਾ ਸੁਣ ਲਓ। ਫਿਰ ਸੁਣਾਉਣ ਲੱਗਿਆਂ ਸਾਰੀ ਰਾਤ ਸੁਣਾਈ ਜਾਣ, ਸੁਣੀ ਜਾਣ, ਸਾਰੀ ਰਾਤ ਸੁਣੀ ਜਾਣ। ਕਹਿੰਦੇ ਬਸ ਇਹੀ ਤਾਂ ਕੰਮ ਹੈ, ਹੋਰ ਤਾਂ ਆਪਣਾ ਕੰਮ ਹੀ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿ ਅਵਰ ਕਾਜ ਤੇ ਰੱਖੇ ਤਾਂ ਮੈਂ ਕਾਮ ਮਿਲ ਸਾਧ ਸੰਗਤ ਭਜ। ਬਾਕੀ ਦੇ ਕੰਮ ਉਹ ਫੋਕੇ ਨੇ, ਅਸਲੀ ਕੰਮ ਤਾਂ ਇਹ ਹੈ ਗੱਲੀ ਗੱਲਾਂ ਸਿਰਜਣਹਾਰ, ਗੱਲ ਚੋਂ ਗੱਲ ਗੁਰੂ ਦੀ ਕਰੀਏ, ਸਿਰਜਣਹਾਰ ਦੀ ਕਰੀਏ, ਨਿਰੰਕਾਰ ਦੀ ਕਰੀਏ। ਜਿਸ ਅਕਾਲ ਪੁਰਖ ਪਰਮੇਸ਼ੁਰ ਤੋਂ ਵਿਛੜ ਕੇ ਸਾਡੀ ਰੂਹ ਇਸ ਸੰਸਾਰ 'ਚ ਤੜਫ ਰਹੀ ਹੈ, ਜੰਮ ਰਹੀ ਹੈ, ਮਰ ਰਹੀ ਹੈ, ਆ ਰਹੀ ਹੈ, ਜਾ ਰਹੀ ਹੈ, ਪਰੇਸ਼ਾਨ ਹੈ ਸਾਡੀ ਰੂਹ ਸਾਧ ਸੰਗਤ। ਆ ਜਿੰਨੇ ਵੀ ਤੁਸੀਂ ਬੈਠੇ ਹੋ ਸਾਰਿਆਂ ਦਾ ਸੰਸਾਰ ਭਰ ਦੇ ਵਿੱਚ ਮਨੁੱਖਾਂ ਦਾ ਅਨੁਭਵ ਹੈ, ਫੀਲਿੰਗ ਹੈ ਤੁਹਾਡੀ, ਤਜਰਬਾ ਸਾਰਿਆਂ ਦਾ, ਮੇਰਾ ਵੀ। ਸਾਡਾ ਮਨ ਕਦੀ ਸ਼ਾਂਤ ਨਹੀਂ ਹੁੰਦਾ, ਹਰ ਵੇਲੇ ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਕਿੱਦਾਂ ਹੋਵੇਗਾ, ਪਿਛਲੀ ਜ਼ਿੰਦਗੀ ਤਾਂ ਲੰਘ ਗਈ, ਅਗਲੀ ਕਿਵੇਂ ਲੰਘੇਗੀ, ਇਹੀ ਟੈਨਸ਼ਨ ਹੈ। ਇਹ ਪਰੇਸ਼ਾਨੀ, ਇਹ ਟੈਨਸ਼ਨ ਦੂਰ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਸਿਵਾਏ ਪ੍ਰੇਮਾ ਭਗਤੀ ਤੋਂ। ਮਹਾਰਾਜ ਦੀ ਕਥਾ ਸੁਣੋ, ਬਾਣੀ ਪੜ੍ਹੋ, ਨਾਮ ਜਪੋ, ਗੁਰੂ ਘਰ 'ਚ ਆਓ, ਸੇਵਾ ਸਿਮਰਨ ਕੀਰਤਨ ਕਥਾ, ਤੁਹਾਡਾ ਮਨ ਸ਼ਾਂਤ ਹੋ ਜਾਏਗਾ। ਆਖੋ ਸ੍ਰੀ ਵਾਹਿਗੁਰੂ। ਔਰ ਜਿਹੜੇ ਕੰਮ ਲਈ ਦੁਨੀਆ 'ਤੇ ਆਏ ਉਹ ਕੰਮ ਵੀ ਪੂਰਾ ਹੋ ਜਾਏਗਾ, ਆਤਮਾ ਜਿੱਥੋਂ ਵਿਛੜੀ ਆ ਉੱਥੇ ਮਿਲ ਜਾਏਗੀ, ਸ਼ਾਂਤੀ ਹੋ ਜਾਏਗੀ। ਸੋ ਗੁਰੂ ਸਾਹਿਬ ਜੀ ਦੀ ਕਥਾ ਸੁਣਨ ਨਾਲ ਸਾਡੇ ਮਨ ਦਾ, ਜਿੰਨਾ ਚਿਰ ਆਪਾਂ ਹੁਣ ਕਥਾ ਸੁਣੀ ਹੈ, ਕੋਈ ਦੁਨਿਆਵੀ ਖਿਆਲ ਆਇਆ ਕਿਸੇ ਨੂੰ, ਕਿਸੇ ਨੂੰ ਯਾਦ ਆਇਆ ਵੀ ਘਰ ਦੁਕਾਨ ਵੀ ਖੋਲ੍ਹਣੀ ਹੈ, ਕਰਜ਼ਾ ਵੀ ਲਾਉਣਾ ਹੈ, ਅਤੇ ਆਹ ਵੀ ਕਰਨਾ, ਉਹ ਵੀ ਕਰਨਾ, ਨਹੀਂ ਨਾ ਆਇਆ, ਕੰਮ ਉਹ ਹੋ ਜਾਣੇ ਨੇ।
ਉਹਦੇ ਗੁਰੂ ਨੇ ਕਰ ਦੇਣੇ ਨੇ। ਕਥਾ ਸੁਣਨ ਦੇ ਨਾਲ ਮਨ ਦੀ ਟੈਨਸ਼ਨ ਦੂਰ ਹੋ ਜਾਂਦੀ ਹੈ। ਕਥਾ ਸੁਣਨ ਤੋਂ ਮਲ ਸਕਣ ਦੀ ਖੋਵੈ। ਇਸ ਕਰਕੇ ਗੁਰੂ ਸਾਹਿਬ ਜੀ ਦਾ ਇਤਿਹਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਜੀ ਨੇ ਲਿਖਿਆ ਹੀ ਇਸ ਹਿਸਾਬ ਨਾਲ ਹੈ ਵੀ ਜਦੋਂ ਅਸੀਂ ਸੁਣੀਏ ਤਾਂ ਉਹ ਸਾਡੇ ਸਾਹਮਣੇ ਆ ਜਾਵੇ। ਸੀ ਆ ਫਿਲਮਾਂ ਕਿਉਂ ਵੇਖਦੇ ਹੋ ਤੁਸੀਂ, ਨਾਟਕ ਕਿਉਂ ਵੇਖਦੇ ਹੋ? ਮੇਰੀਆਂ ਮਾਤਾਵਾਂ ਭੈਣਾਂ ਵੀ ਹੁਣ ਤੱਕ ਸ਼ਾਇਦ ਉਹ ਸਾਸ ਵੀ ਕਵੀ ਕਵੀ ਬਹੂ ਸੀ, ਉਹ ਇੰਨੀਆਂ ਲੜਾਈਆਂ ਝਗੜੇ ਘਰਾਂ ਦੇ ਵਿੱਚ ਉੱਥੋਂ ਹੀ ਪਏ ਹੈ। ਬੜੇ ਕੁਛ ਚੱਲਦਾ ਰਿਹਾ ਸਾਡੇ ਵੀ ਘਰ। ਮੈਂ ਕੀ ਕਹਿੰਦੇ ਜੇ ਨਵੀਂ ਗੱਲ ਨਿਕਲਣੀ ਕੁਛ ਵੀ ਨਹੀਂ ਹੁੰਦੀ ਅਤੇ ਟਾਈਮ ਖਰਾਬ ਅਤੇ ਸੁਰਤੀ ਖਰਾਬ। ਜੇ ਕਾਸ਼ ਜੇ ਸਾਡੇ ਘਰਾਂ 'ਚ ਕਥਾ ਹੋਵੇ, ਗੁਰੂਆਂ ਦੀ ਕਥਾ ਹੋਵੇ, ਇਹਨੂੰ ਸੁਣਨ ਦਾ ਸਾਡੇ ਮਨ ਵਿੱਚ ਚਾਹ ਪੈਦਾ ਹੋ ਜੇ, ਇਹਦੇ ਸੁਰਤ ਲੱਗ ਜੇ, ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਈਏ। ਇਤਨੇ ਬਚਨ ਪ੍ਰਵਾਨ ਕਰਨੇ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ, ਹੇ ਸਮਰਾਥ ਅਗੰਮ ਪੂਰਨ ਮੋਹੇ ਮਾਇਆ, ਅੰਧ ਗੂਬ ਮਹਾਂ ਭਿਆਨ ਨਾਨਕ।